ਬਹੁਤ ਹੀ ਸਤਿਕਾਰਯੋਗ ਸਰਵਤਾ ਜਨ ਮੈਂ ਇੰਜੀਨੀਅਰ ਸੁਖਚੈਨ ਸਿੰਘ ਲਾਲਪੁਰੀ ਆਪ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਆਪ ਜੀ ਨੇ ਮੇਰੇ ਵੱਲੋਂ ਕੁਸ਼ਮਾਨ ਸਖੀਤਾ ਦੇ ਜੀਵਨ ਉਪਰ ਪਾਈਆਂ ਗਈਆਂ ਵੀਡੀਓ ਨੂੰ ਇਥੇ ਬਹੁਤ ਮਾਨ ਸਤਕਾਰ ਦਿੱਤਾ ਹੈ ਉਥੇ ਹੋਰ ਬਹੁਤ ਮਹਾਪੁਰਸ਼ਾਂ ਦੇ ਜੀਵਨ ਬਾਰੇ ਵੀਡੀਓ ਬਣਾਉਣ ਲਈ ਵੀਡੀਓ ਪਾਉਣ ਵਾਸਤੇ ਮੈਨੂੰ ਹੁਕਮ ਵੀ ਭੇਜਿਆ ਹੈ ਇਸ ਕਲਪਤੇ ਮੈਂ ਆਪ ਜੀ ਦਾ ਸਦਾ ਰਿਣੀ ਰਹਾਂਗਾ ਮੈਂ ਉਸ ਪਰਵਰ ਰਿਕਾਰ ਉਸ ਅੱਲਾ ਨੂੰ ਉਸ ਰੱਬ ਅੱਗੇ ਉਸ ਭਗਵਾਨ ਅੱਗੇ ਉਸ ਅਕਾਲ ਪੁਰਖ ਅੱਗੇ ਇਹ ਅਰਦਾਸ ਬੇਨਤੀ ਜੋਦੜੀ ਕਰਦਾ ਹਾਂ ਕਿ ਉਹ ਆਪ ਕਿਰਪਾ ਕਰੇ ਮੇਰੇ ਸਿਰ ਤੇ ਹੱਥ ਰੱਖੇ ਤਾਂ ਕਿ ਮੈਂ ਆਪ ਦੇ ਮਾਨ ਸਤਕਾਰ ਕਰਨ ਵਾਲਿਆਂ ਦੀਆਂ ਸਾਰੀਆਂ ਮੰਗਾਂ ਸਾਰੀਆਂ ਡਿਮਾਂਡਾਂ ਦੀਆਂ ਜੋ ਲਿਸਟਾ ਮੈਨੂੰ ਉਹਨਾਂ ਨੇ ਪੇਟੀਆਂ ਨੇ ਉਹ ਸਾਰੀਆਂ ਵੀਡੀਓ ਖੋਜ ਭਰਪੂਰ ਇਤਿਹਾਸ ਦੀਆਂ ਪਾ ਕੇ ਆਪ ਜੀ ਦੀ ਸੇਵਾ ਕਰ ਸਕਾਂ ਇਹ ਮੇਰੀ ਉਸ ਰੱਬ ਅੱਗੇ ਉਸ ਪਰਵਰਦਰਗਾਹ ਅੱਗੇ ਅਰਦਾਸ ਬੇਨਤੀ ਜੋੜੀ ਹੈ ਇਹ ਮੇਰੀ ਇਲਤਜਾ ਹੈ ਅੱਜ ਅਸੀਂ ਇੱਕ ਐਸੀ शख्सियत ਦੇ ਜੀਵਨ ਤੇ ਵਿਚਾਰ ਕਰਾਂਗੇ ਜਿਨ੍ਹਾਂ ਨੇ ਆਪਦੇ ਸਾਰੇ ਜ਼ਿੰਦਗੀ ਵਿੱਚ संगति रच के सेवा की थी और पूरे पंजाब विच विचर के हर थान पहुंच के बहुत सारे धर्म स्थान खोले लंगर चलाए और चलाएं स्थाना देते गरीबां दे दुआ दारू दे, दे लई भी प्रबंध कि अपना लम्मा जीवन सेवा विच ਬਤਾਰਕੇ ਆਪ ਜੀ ਨੇ ਇੱਕ ਏਡੀ ਸ਼ਾਂਤਮਈ ਤਰੀਕੇ ਦੇ ਨਾਲ ਸ਼ਹਾਦਤ ਪ੍ਰਾਪਤ ਕੀਤੀ ਜੋ ਦੁਨੀਆ ਦੇ ਸਾਹਮਣੇ ਪਰਉਪਕਾਰ ਦੀ ਸਹਿਨਸ਼ੀਲਤਾ ਦੀ ਇੱਕ ਮਿਸਾਲ ਬਣ ਗਈ ਇਸ ਤਰ੍ਹਾਂ ਦੀ ਸ਼ਹਾਦਤ ਇਸ ਤਰ੍ਹਾਂ ਦਾ ਸੱਚਾ ਸੁੱਚਾ ਸੋਚਾ ਜੀਵਨ ਨਾ ਕਿਤੇ ਪਹਿਲਾਂ ਹੋਇਆ ਤੇ ਨਾ ਕਿਤੇ ਅੱਗੇ ਹੋਏਗਾ ਜੋ ਉਹਨਾਂ ਨੇ ਕਰ ਬਖਾਇਆ ਮੇਰੀ ਮੁਰਾਦ ਬਹੁਤ ਹੀ ਸ਼ਤਕਾਰਯੋਗ ਬਾਬਾ ਬੀਰ ਸਿੰਘ ਨੌਰੰਗਾਬਾਦੀਆਂ ਤੋਂ ਹੈ ਬਾਬਾ ਬੀਰ ਸਿੰਘ ਨੌਰੰਗਾਬਾਦੀਆਂ ਉਹਨਾਂ ਦਾ ਜਨਮ ਪਿੰਡ ਗੱਗੋ ਬੂਹਾ ਵਿਖੇ 1825 ਬਿਕਰਮੀ ਨੂੰ ਸਰਦਾਰ ਸੇਵਾ ਸਿੰਘ ਤੇ ਮਾਤਾ ਧਰਮਕੌਰ ਦੀ ਕੁੱਖੋਂ ਹੋਇਆ ਸਰਦਾਰ ਸੇਵਾ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਇੱਕ ਫੌਜੀ ਸਪਾਈ ਸਨ ਔਰ ਉਹ ਉਸ ਵੇਲੇ ਦੇ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਸਰਦਾਰ ਨਿਹਾਲ ਸਿੰਘ ਅਟਾਰੀ ਦੀ ਕਮਾਂਡ ਵਿੱਚ ਉਹਨਾਂ ਦੀ ਸੇਵਾ ਵਿੱਚ ਸਨ ਉਹਨਾਂ ਦੀ ਪਲਟਨ ਵਿੱਚ ਸੇਵਾ ਨਿਭਾ ਰਿਹਾ ਸੀ। ਬਾਬਾ ਬੀਰ ਸਿੰਘ ਪੰਜਾਬ ਦੇ ਕਿਸਾਨ ਜੱਟ ਸਨ। ਇਹਨਾਂ ਦਾ ਢਿੱਲੋ ਗੋਦ ਸੀ। ਆਪ ਜੀ ਬਚਪਨ ਤੋਂ ਹੀ ਇੱਕ ਸੰਤ ਤੇ ਸਾਧੂ ਸੁਭਾਅ ਦੇ ਸਨ। ਬਹੁਤ ਘੱਟ ਬੋਲਦੇ ਇਹ ਬਹੁਤ ਜ਼ਿਆਦਾ ਪਾਠ ਪੂਜਾ ਵਿੱਚ ਲੀਨ ਰਿਹਾ ਕਰਦੇ ਸਨ। ਬਾਬਾ ਪੀਰ ਸਿੰਘ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਧਾਰਮਿਕ ਤੇ ਮੁਢਲੀ ਸਿੱਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਆਪ ਜੀ ਲੱਗੇ ਪਚਾਗੇ ਸੰਤਾਂ ਦੇ ਡੇਰਿਆਂ ਵਿੱਚ ਸੇਵਾ ਕਰਨ ਜਾਇਆ ਕਰਦੇ ਸਨ। ਉਤਤ ਆਪ ਜੀ ਨੂੰ ਸੇਵਾ ਭਾਵਨਾ ਦੀ ਇੱਕ ਬਹੁਤ ਵੱਡੀ ਲਗਨ ਲੱਗੀ ਆਪ ਜੀ ਨੇ ਜੇ ਜਵਾਨੀ ਚ ਪੈਰ ਹੀ ਧਰਿਆ ਕੁਦਰਤ ਨੂੰ ਕੁਝ ਹੋਰ ਹੀ ਮਨਜੂਰ ਸੀ ਅਚਾਨਕ ਆਪ ਜੀ ਦੇ ਸਤਕਾਰਯੋਗ ਪਿਤਾ ਜੀ ਸਰਦਾਰ ਸੇਵਾ ਸਿੰਘ ਜੀ ਦੀ ਮੌਤ ਹੋ ਗਈ ਜਦੋਂ ਸਰਦਾਰ ਸੇਵਾ ਸਿੰਘ ਉੱਥੇ ਸ਼ਹੀਦ ਹੋ ਗਏ ਮਹਾਰਾਜਾ ਰਣਜੀਤ ਸਿੰਘ ਨੇ ਜੰਗ ਜਿੱਤ ਲਈ ਜਦੋਂ ਉਹ ਲਾਹੌਰ ਵਾਪਸ ਪਹੁੰਚੇ ਮਲਤਾਨ ਦੀ ਜੰਗ ਵਿੱਚ ਜਿੰਨੇ ਵੀ ਫੌਜੀ ਸਿੰਘ ਸ਼ਹੀਦ ਹੋਏ ਸਨ ਉਹਨਾਂ ਸਾਰਿਆਂ ਦੇ ਪਰਿਵਾਰਾਂ ਨੂੰ ਬੁਲਾਇਆ ਗਿਆ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਉਹਨਾਂ ਦੀਆਂ ਪੈਨਸ਼ਨਾਂ ਲਾਈਆਂ ਗਈਆਂ ਉਹਨਾਂ ਨੂੰ ਤੋਹਫ਼ੇ ਦਿੱਤੇ ਗਏ ਤੇ ਨਾਲ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਆਪਦੇ ਪਰਿਵਾਰ ਦਾ ਇੱਕ ਇੱਕ ਬੰਦਾ ਖਾਲਸਾ ਫੌਜ ਵਿੱਚ ਆਪਦੀ ਉਸ ਸ਼ਹੀਦ ਹੋ ਚੁੱਕੇ ਸਿੰਘ ਦੀ ਥਾਂ ਤੇ ਭਰਤੀ ਕਰਾ ਸਕਦੇ ਹੋ ਇਸੇ ਤਰ੍ਹਾਂ ਹੀ ਸਰਦਾਰ ਸੇਵਾ ਸਿੰਘ ਦੀ ਥਾਂ ਤੇ ਬਾਬਾ ਵੀਰ ਸਿੰਘ ਨੂੰ ਭਰਤੀ ਹੋਣਾ ਪਿਆ ਇਹ ਪਰਿਵਾਰਕ ਤੌਰ ਤੇ ਫੈਸਲਾ ਵੀ ਸੀ ਤੇ ਪਰਿਵਾਰ ਦੀ ਮਜਬੂਰੀ ਵੀ ਸੀ ਬਾਬਾ ਵੀਰ ਸਿੰਘ ਸਰਦਾਰ ਨਿਹਾਲ ਸਿੰਘ ਅਟਾਰੀ ਦੀ ਕਮਾਂਡ ਥੱਲੇ ਸਿੱਖ ਰਾਜ ਦੇ ਖਾਲਸਾ ਰਾਜ ਦੀ ਫੌਜ ਵਿੱਚ ਭਰਤੀ ਹੋਏ ਫੌਜ ਵਿੱਚ ਜਾ ਕੇ ਵੀ ਬਾਬਾ ਪੀਰ ਸਿੰਘ ਸੰਤ ਸੁਭਾਈ ਸਨ ਉਹਨਾਂ ਦਾ ਪਾਠ ਦਾ ਨਿਤਨੇਮ ਔਰ ਉਹਨਾਂ ਦਾ ਲਗਾਤਾਰ ਭਗਤੀ ਭਾਵਨਾ ਵਿੱਚ ਰਹਿਣਾ ਸਾਰਿਆਂ ਦੇ ਸਾਹਮਣੇ ਸੀ ਉਹ ਬਹੁਤ ਘੱਟ ਵਿਚਰਦੇ ਲੋਕਾਂ ਨਾਲ ਬਹੁਤ ਘੱਟ ਬੋਲਦੇ ਆਪਦੀ ਬੈਰਕ ਵਿੱਚ ਆਪਦੇ ਕਮਰੇ ਵਿੱਚ ਜ਼ਿਆਦਾਤਰ ਪਾਠ ਪੂਜਾ ਕਰਦੇ ਔਰ ਜਦੋਂ ਕਿਤੇ ਲੰਗਰ ਤਿਆਰ ਹੋਣਾ ਉਹਦੇ ਵਿੱਚ ਵੱਧ ਚੜ ਕੇ ਭੱਜ ਕੇ ਸੇਵਾ ਨਿਭਾਉਂਦੇ ਸਨ ਇਸ ਤਰ੍ਹਾਂ ਕਰਦਿਆਂ ਉਹਨਾਂ ਦਾ ਫौज ਦੇ ਸਮੇਂ ਇਹ ਮੇਲ ਇੱਕ ਹੋਰ ਮਹਾਨ ਸ਼ਖਸੀਅਤ ਨਾਲ ਹੋਇਆ ਜਿਨ੍ਹਾਂ ਦਾ ਨਾਮ ਸੰਤ ਚੰਦਾ ਸਿੰਘ ਸੀ ਇਹ ਸੰਤ ਚੰਦਾ ਸਿੰਘ ਨੌਰੰਗਾਬਾਦ ਪਿੰਡ ਦੇ ਮਾਝੇ ਦੇ ਅੰਮ੍ਰਿਤਸਰ ਜਿਲੇ ਦੇ ਰਹਿਣ ਵਾਲੇ ਸਨ ਉਹਨਾਂ ਨਾਲ ਮੇਲ ਮਲਾਪ ਹੋਇਆ ਜਦੋਂ ਬਾਬਾ ਬੀਰ ਸਿੰਘ ਨੂੰ ਫੌਜ ਵਿੱਚੋਂ ਛੁੱਟੀ ਮਿਲੀ ਛੁੱਟੀ ਕੱਟਣ ਆਏ ਤਾਂ ਉਹ ਸੰਤ ਚੰਦਾ ਸਿੰਘ ਕੋਲ ਨਰੰਗਾ ਬਾਂਦ ਪਹੁੰਚੀ ਉਹਨਾਂ ਨੇ ਪਿੰਡ ਸਾਰਾ ਉਹਨਾਂ ਨੂੰ ਕਮਾਇਆ ਬਹੁਤ ਸਾਰੇ ਸੱਜਣਾ ਮਿੱਤਰਾਂ ਨਾਲ ਬਣਾਇਆ ਉਹਨਾਂ ਨਾਲ ਉਹਨਾਂ ਦਾ ਪ੍ਰੇਮ ਵੀ ਬਣਿਆ ਬਾਅਦ ਵਿੱਚ ਵੀ ਉਹ ਇੱਕ ਦੋ ਵਾਰੀ ਛੁੱਟੀਆਂ ਤੇ ਟਾਈਮ ਉੱਥੇ ਆ ਕੇ ਮਿਲਦੇ ਗਿਲਦੇ ਰਹੇ ਉਹਨਾਂ ਸੱਜਣਾ ਨੂੰ ਔਰ ਸੰਤ ਚੰਦਾ ਸਿੰਘ ਹੋਰਾਂ ਕੋਲ ਵੀ ਆ ਕੇ ਰੁਕਦੇ ਰਹੇ ਸੰਤ ਚੰਦਾ ਸਿੰਘ ਦੀ ਚੜ੍ਹਾਈ ਕਰ ਜਾਣ ਤੋਂ ਬਾਅਦ ਬਾਬਾ ਵੀਰ ਸਿੰਘ ਬਹੁਤ ਨਾਰਾਜ ਨਰਾਸ਼ ਹੋਏ ਉਹਨਾਂ ਦਾ ਮਨ ਉਦਾਸ ਰਹਿਣ ਲੱਗਾ ਉਹਨਾਂ ਨੇ ਇੱਕ ਦਿਨ ਐਸਾ ਆਇਆ ਕਿ ਨੌਕਰੀ ਛੱਡ ਦਿੱਤੀ ਨੌਕਰੀ ਛੱਡਣ ਤੋਂ ਬਾਅਦ ਬਾਬਾ ਵੀਰ ਸਿੰਘ ਉਹਨੇ ਚਲੇ ਗਏ ਉਹਨੇ ਬਾਬਾ ਸਾਹਿਬ ਸਿੰਘ ਭੇਦੀ ਸਾਹਿਬ ਜੀ ਦੇ ਆਸ਼ਰਮ ਦੇ ਵਿੱਚ ਉਹਨਾਂ ਨੇ ਜਾ ਕੇ ਸੇਵਾ ਸ਼ੁਰੂ ਕਰ ਦਿੱਤੀ ਬਾਬਾ ਸਾਹਿਬ ਸਿੰਘ 베ਦੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਅਨਸਪੰਸ ਵਿੱਚੋਂ ਸਨ ਬੜੀ ਭਗਤੀ ਭਾਵਨਾ ਵਾਲੇ ਬੜੀ ਰੱਬ ਦੇ ਨਾਮ ਵਾਲੀ ਰੂਹ ਸਨ ਉਹਨਾਂ ਦਾ ਬੜਾ ਵੱਡਾ ਆਸ਼ਰਮ ਸੀ ਉਹਦੇ ਵਿੱਚ ਗਾਈਆਂ ਮੱਝਾਂ ਘੋੜੀਆਂ ਘੋੜੇ ਬਹੁਤ ਸਾਰਾ ਉਹਨਾਂ ਦਾ ਲੰਮਾ ਚੌੜਾ ਸਰਸਰਾ ਸੀ ਬਾਬਾ ਵੀਰ ਸਿੰਘ ਹੋਰਾਂ ਨੇ ਜਾ ਕੇ ਬਾਬਾ ਜੀ ਨੂੰ ਬਾਬਾ ਸਾਹਿਬ ਸਿੰਘ 베ਦੀ ਸਾਹਿਬ ਨੂੰ ਨਮਸਕਾਰ ਕੀਤੀ ਤੇ ਉਥੇ ਰਹਿਣ ਦੇ ਲਈ ਉਹਨਾਂ ਨੂੰ ਬੇਨਤੀ ਕੀਤੀ ਬਾਬਾ ਜੀ ਨੇ ਉਹਨਾਂ ਨੂੰ ਆਗਿਆ ਦੇ ਦਿੱਤੀ ਅਗਲੇ ਦਿਨ ਬਾਬਾ ਵੀਰ ਸਿੰਘ ਹੋਰਾਂ ਨੇ ਬਾਬਾ 베ਦੀ ਸਾਹਿਬ ਨੂੰ ਬੇਨਤੀ ਕੀਤੀ ਕਿ ਮੈਨੂੰ ਕੋਈ ਸੇਵਾ ਬਖਸ਼ੀ ਜਾਏ ਬਾਬਾ ਸਾਹਿਬ ਸਿੰਘ 베ਦੀ ਹੋਰਾਂ ਨੇ ਆਖਿਆ ਕਿ ਵੀਰ ਸਿੰਘਾ ਤੂੰ ਗੁਰੂ ਦੇ ਕੋੜਿਆਂ ਦੀ ਸੇਵਾ ਨਿਭਾਇਆ ਕਰ। ਸ਼ਰਮੱਤੇ ਸੇਵਾ ਪ੍ਰਵਾਨ ਕਰਕੇ ਬਾਬਾ ਵੀਰ ਸਿੰਘ ਨੇ ਬਾਬਾ ਸਾਹਿਬ ਸਿੰਘ 베ਦੀ ਦੇ ਆਸ਼ਰਮ ਦੇ ਕੋੜਿਆਂ ਦੀ ਸੇਵਾ ਸ਼ੁਰੂ ਕੀਤੀ। ਕੋੜਿਆਂ ਦਾ ਇਸ਼ਨਾਨ ਕਰਉਣਾ, ਕੋੜਿਆਂ ਨੂੰ ਪਾਣੀ ਪਿਉਣਾ, ਕੋੜਿਆਂ ਦੀ ਸਫਾਈ ਕਰਨੀ, ਉਹਨਾਂ ਦੇ ਸਾਰਾ ਥੱਲੇ ਝਾੜੂ ਪੂੰਛਾ ਲਾਉਣਾ, ਉਹ ਸਾਰਾ ਕੰਮ ਬਾਬਾ ਵੀਰ ਸਿੰਘ ਨੇ ਬੜੀ ਖੁਸ਼ੀ ਨਾਲ ਸਮਝੇ। ਇੱਕ ਦਿਨ ਐਸਾ ਆਇਆ ਕਿ ਬਾਬਾ ਵੀਰ ਸਿੰਘ ਕੋੜਿਆਂ ਦੀ ਸੇਵਾ ਕਰ ਰਹੇ ਸਨ ਇੱਕ ਅਥਰੇ ਜੇ ਘੋੜੇ ਨੇ ਬਹੁਤ ਜ਼ੋਰ ਨਾਲ ਛੜੰਗਾ ਮਾਰਿਆ ਬਾਬਾ ਵੀਰ ਸਿੰਘ ਦੀ ਛਾਤੀ 'ਚ ਖੁਰ ਵੱਜਿਆ ਬਾਬਾ ਵੀਰ ਸਿੰਘ ਪਰਾ ਹੋ ਗਏ ਡਿੱਗ ਪਏ ਬੇਹੋਸ਼ ਹੋ ਗਏ ਇੱਕ ਸਿੰਘ ਦੌੜਿਆ ਉਹਨਾਂ ਨੇ ਜਾ ਕੇ ਬਾਬਾ ਸਾਹਿਬ ਸਿੰਘ ਬੇਦੀ ਉਹਨਾਂ ਨੂੰ ਦੱਸਿਆ ਕਿ ਜਿਹੜੇ ਮਾਜੀ ਤੋਂ ਆਏ ਵੀਰ ਸਿੰਘ ਸਨ ਜਿਨ੍ਹਾਂ ਨੇ ਆਪ ਜੀ ਦੇ ਪਾਸੋਂ ਘੋੜਿਆਂ ਦੀ ਸੇਵਾ ਲਈ ਸੀ ਉਹਨਾਂ ਨੂੰ ਇੱਕ ਘੋੜੇ ਨੇ ਛਰੰਗਾ ਮਾਰਿਆ ਤੇ ਉਹ ਚੜਾਈ ਕਰਕੇ ਨੇ ਉਹ ਖਤਮ ਹੋ ਗਏ ਨੇ ਉਹਨਾਂ ਦੀ ਮੌਤ ਹੋ ਗਈ। ਬਾਬਾ ਜੀ ਇੱਕਦਮ ਦੌੜ ਕੇ ਆਏ ਉਹਨਾਂ ਵੇਖਿਆ ਬੀਰ ਸਿੰਘ ਬੇਹੋਸ਼ ਸੀ ਉੱਥੋਂ ਉਹਨਾਂ ਨੂੰ ਉਠਾਇਆ ਗਿਆ ਉਹਨਾਂ ਦਾ ਦਵਾ-ਦਾਰੂ ਕੀਤਾ ਗਿਆ ਤੇ ਬਾਬਾ ਸਾਹਿਬ ਸਿੰਘ ਬੇਦੀ ਨੇ ਬਚਨ ਕੀਤਾ ਕਿ ਬੀਰ ਸਿੰਘ ਇਹਨਾਂ ਘੋੜਿਆਂ ਦੇ ਛਰੰਗਿਆਂ ਨਾਲ ਇਹਨਾਂ ਨੂੰ ਕੁਝ ਨਹੀਂ ਹੋਣ ਵਾਲਾ। ਇਹਨਾਂ ਨੇ ਤਾਂ ਵੱਡੇ-ਵੱਡੇ ਬੰਬ ਗੋਲੇ ਸਹਿਣੇ ਨੇ। ਦੋਫੇ ਗੋਲੇ ਬਰਦਾਸ਼ਤ ਕਰਨੇ ਇਹ ਤਾਂ ਛੋਟੀਆਂ ਗੱਲਾਂ ਇਹ ਸੇਬਸ ਬਸੰਤ ਦੇ ਮੂੰਹੋਂ ਗੜ ਨਿਕਲੀ ਸੀ ਖੈਰ ਲੰਮੀ ਸੇਵਾ ਨਿਭਾਉਣ ਤੋਂ ਬਾਅਦ ਬਾਬਾ ਸਾਹਿਬ ਸਿੰਘ ਬੇਦੀ ਹੋਰਾਂ ਨੇ ਹੁਕਮ ਕੀਤਾ ਕਿ ਵੀਰ ਸਿੰਘ ਤੁਹਾਡੀ ਸੇਵਾ ਪ੍ਰਵਾਨ ਹੋ ਗਈ ਹੈ ਹੁਣ ਤੁਸੀਂ ਜਾਓ ਤੇ ਕਿਸੇ ਹੋਰ ਥਾਂ ਤੇ ਆਸ਼ਰਮ ਬਣਾ ਕੇ ਸੰਗਤਾਂ ਦੀ ਸੇਵਾ ਕਰੋ ਆਪਣੇ ਮਾਝੇ ਦੇਸ਼ ਚ ਚਲੇ ਜਾਓ। ਬਾਬਾ ਜੀ ਉਥੋਂ ਚੱਲੇ ਇਨਾਂ ਨੇ ਆਕੇ ਇਹਨਾਂ ਦੀ ਮਨਪਸੰਦ ਜਗ੍ਹਾ ਜੋ ਨੌਰੰਗਾਬਾਦ ਪਿੰਡ ਸੀ ਉੱਥੇ ਆਕੇ ਪੜਾਅ ਕੀਤਾ। ਉੱਥੇ ਆਕੇ ਇਹਨਾਂ ਨੇ ਕਿਉਂਕਿ ਫੌਜ ਵਿੱਚ ਰਹੇ ਸਨ ਕੁਸ਼ਮਾਇਆ ਇਹਨਾਂ ਦੇ ਕੋਲ ਸੀ ਉਹਦੇ ਤੋਂ ਇੱਕ ਕਮਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਸਤੇ ਤਿਆਰ ਕਰਾਇਆ ਇੱਕ ਛੋਟਾ ਕਮਰਾ ਆਪਣੀ ਰਹਿائش ਵਾਸਤੇ ਨਾਲ ਬਣਾਇਆ ਗੁਰੂ ਗ੍ਰੰਥ ਸਾਹਿਬ ਜਿਸ ਨੂੰ ਜਗਤ ਗੁਰੂ ਹੋਣ ਦਾ ਮਾਣ ਹਾਸਲ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਗੁਰੂ ਸਹਿਬਾਨ ਦੀ ਬਾਣੀ ਹੈ ਉੱਥੇ ਸੰਤਾਂ ਮੁਸਲਮਾਨ ਪੀਰਾਂ ਫਕੀਰਾਂ ਭਗਤ ਰਬਿਦਾਸ ਦੀ ਭਗਤ ਧੰਨਾ ਜੀ ਭਗਤ ਕਬੀਰ ਜੀ ਬਾਬਾ ਫਰੀਦ ਜੀ ਬਹੁਤ ਸਾਰੇ ਮਹਾਂਪੁਰਸ਼ਾਂ ਸੰਤਾਂ ਦੀ ਉਹਦੀ ਵਿੱਚ ਪਾਣੀ ਦਰਜ ਕੀਤੀ ਗਈ ਔਰ ਉਸ ਦੀ ਸੰਪਾਦਨਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਕਰਾਈ ਗਈ ਸਾਰੇ ਧਰਮਾਂ ਦੀ ਪਵਿੱਤਰ ਬਾਣੀ ਨੂੰ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਈ ਇਸ ਕਰਕੇ ਉਹ ਦੁਨੀਆ ਭਰ ਦਾ ਸਾਂਝਾ ਗ੍ਰੰਥ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਤੱਕ ਸਿੱਖੋਂ ਦੇ 10 ਗੁਰੂ ਸਹਿਬਾਨ ਹੋਏ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦੀ ਪਦਵੀ ਦੇ ਕੇ ਉਸ ਤੋਂ ਬਾਅਦ ਦੇ ਧਾਰੀ ਗੁਰੂਆਂ ਦਾ سلسلہ ਬੰਦ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਬਾਣੀ ਨੂੰ ਗੁਰੂ ਮੰਨ ਕੇ ਆਪਕੌਮ ਨੂੰ ਇਹ ਸੰਦੇਸ਼ ਦਿੱਤਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਉਸ ਦਿਨ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਹੋਣ ਦਾ ਮਾਣ ਹਾਸਲ ਹੋਇਆ ਦੁਨੀਆ ਦੇ ਬਹੁਤ ਸਾਰੇ ਧਰਮ ਗ੍ਰੰਥ ਨੇ ਸਾਰੇ ਹੀ ਸਤਿਕਾਰਯੋਗ ਨਹੀਂ ਪਰ ਉਹ ਧਰਮ ਗ੍ਰੰਥ ਨੇ ਲੇਕਿਨ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਇੱਕ ਐਸੀ ਨੇ ਇਨਨ ਗੁਰੂ ਹੋਣ ਦਾ ਮਾਨ ਹਾਸਲ। ਔਰ ਸਿੱਖ ਕੌਮ ਦੇ ਵਿੱਚ ਇੱਕ ਸਾਬਤ ਸੂਰਤ ਗੁਰੂ ਦੇ ਰੂਪ ਵਿੱਚ ਉਹਨਾਂ ਦਾ ਸਤਕਾਰ ਕੀਤਾ ਜਾਂਦਾ ਹੈ। ਬਾਬਾ ਬੀਰ ਸਿੰਘ ਨੇ ਗੁਰੂ ਗੰਨ ਸਾਹਿਬ ਜੀ ਦੇ ਵਾਸਤੇ ਕਮਰਾ ਤਿਆਰ ਕੀਤਾ। ਨਾਲ ਇੱਕ ਸਾਦਾ ਜਿਹਾ ਕਮਰਾ ਆਪਦਾ ਤਿਆਰ ਕੀਤਾ। ਆਪ ਜੀ ਨੇ ਪਾਠ ਕਥਾ ਕੀਰਤਨ ਦੀ ਪਿੰਡ ਵਿੱਚ ਅਰੰਭਤਾ ਕੀਤੀ ਹੌਲੀ ਹੌਲੀ ਪਿੰਡ ਦੀ ਸੰਗਤ ਆਉਣੀ ਸ਼ੁਰੂ ਹੋਈ ਬਾਬਾ ਜੀ ਨੇ ਲੰਗਰ ਸ਼ੁਰੂ ਕੀਤਾ ਹੌਲੀ ਹੌਲੀ ਨਾਲ ਦੇ ਲਾਗਲੇ ਪਿੰਡਾਂ ਤੋਂ ਦੂਰ ਦਰਾਡੇ ਪਿੰਡਾਂ ਤੋਂ ਸੰਗਤਾਂ ਆਉਣੀਆਂ ਸ਼ੁਰੂ ਹੋਈਆਂ ਵੇਖਦਿਆਂ ਵੇਖਦਿਆਂ ਇੱਕ ਅੱਧੀ ਇੱਕ ਦੋ ਸਾਲਾਂ ਦੇ ਦਰਮਿਆਨ ਸਮੁੱਚੇ ਮਾਝੇ ਦੇ ਇਲਾਕੇ ਵਿੱਚੋਂ ਸੰਗਤ ਦਾ ਇੱਕ ਬਹੁਤ ਵੱਡਾ ਹਜ਼ੂਮ ਬਾਬਾ ਜੀ ਦੇ ਨਾਲ ਜੁੜ ਗਿਆ ਬਾਬਾ ਜੀ ਨੇ ਸਾਰੀ ਸੰਗਤ ਨੂੰ ਗੁਰੂ ਘਰ ਦੇ ਨਾਲ ਜੋੜਿਆ ਤੇ ਬਹੁਤ ਸਾਰੇ ਅਨੁਮਰਸ਼ਕ ਆਇਆ। ਬਾਬਾ ਜੀ ਨੇ ਇੰਨਾ ਜਦੋਂ ਸਾਰਾ ਸੇਵਾ ਨਿਭਾਈ ਬਹੁਤ ਵੱਡੇ ਲੰਗਰ ਚਲਾਏ ਤਾਂ ਸੰਗਤ ਨੇ ਮੰਗ ਕੀਤੀ ਕਿ ਬਾਬਾ ਜੀ ਸੰਗਤ ਆਉਂਦੀ ਏ ਕਈ ਵਾਰੀ بارش ਆ ਜਾਂਦੀ ਏ ਤੇ ਰਹਿ ਰਹਿਸ਼ ਵਾਸਤੇ ਬੜੀ ਦਿੱਕਤ ਆਉਂਦੀ ਏ। ਕਿਉਂ ਨਾ ਸੰਗਤਾਂ ਵਾਸਤੇ ਵੀ ਇੱਥੇ ਕਮਰੇ ਬਣਾਏ ਜਾ। ਬਾਬਾ ਜੀ ਹੋਰਾਂ ਨੇ ਸੰਗਤ ਅੱਗੇ ਬੇਨਤੀ ਕੀਤੀ ਕਿ ਸਾਡੇ ਕੋਲ ਇੰਨੇ ਖੁੱਲੇ ਗਫੇ ਮਾਇਆ ਦੇ ਅਜੇ ਨਹੀਂ ਕਿ ਇੰਨੇ ਕਮਰੇ ਉਸਾਰੇ ਜਾਣ ਜਿਵੇਂ ਜਿਵੇਂ ਮਾਇਆ ਸਤਿਗੁਰੂ ਬਖਸ਼ਣ ਕੇ ਉਮੀ ਉਮੀ ਬਣਾਈ ਜਾਣ ਸੰਗਤ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਆਪ ਕਿਰਪਾ ਕਰਕੇ ਕਮਰੇ ਬਣਾਉਣ ਦਾ ਹੀ ਨੀ ਤੇ ਟੱਕ ਲਾਓ ਇਹ ਸਾਰੀ ਸੇਵਾ ਆਪ ਆਗਿਆ ਜੋ ਸੰਗਤੀ ਕਰ ਲਏਗੀ। ਬਾਬਾ ਜੀ ਵੱਲੋਂ ਟੱਕ ਲਾਇਆ ਗਿਆ ਤੇ ਇਹ ਗੱਲ ਬਹੁਤ ਜ਼ਰੂਰੀ ਹੈ ਇਥੇ ਵਾਚਨ ਵਾਲੀ ਕਿ ਸੰਗਤਾਂ ਨੇ ਸਾਰੀਆਂ ਦੂਰ ਦਰਾਡੇ ਤੱਕ ਦੀਆਂ ਸੰਗਤਾਂ ਨੇ 50 50 100 100 ਇੱਟ ਜਿਹੜੀ ਛੋਟੀ ਇੱਟ ਨਿੱਕੀ ਇੱਟ ਜਿਹਨੂੰ ਅਸੀਂ ਕਹਿੰਦੇ ਆ ਉਹ ਆਪਦੇ ਘਰਾਂ ਦੇ ਵਿੱਚ ਆਪਦੇ ਚੁੱਲਿਆਂ ਦੇ ਵਿੱਚ ਪਕਾ ਪਕਾ ਕੇ ਗੁਰੂ ਸਾਹਿਬ ਤੇ ਇਸ ਸਥਾਨ ਵਾਸਤੇ ਬਾਬਾ ਜੀ ਦੇ ਲਿਆ ਲਿਆ ਕੇ ਦੇਣੀ ਸ਼ੁਰੂ ਕੀਤੀ। ਨਰੰਗਾਬਾਦ ਦੇ ਵਿੱਚ ਉਹ ਆਸ਼ਰਮ ਅਜੇ ਵੀ ਮੌਜੂਦ ਹੈ। ਤਕਰੀਬਨ 10-12 ਫੁੱਟ ਦੀ ਉੱਜੀ ਬਾਉਂਡਰੀ ਤੇ ਅੰਦਰ ਕਿਲੇ ਨਮਾਇਕ ਬਹੁਤ ਵੱਡਾ ਉਹ ਆਸ਼ਰਮ ਬਣਿਆ ਹੋਇਆ ਹੈ। ਦੀਦੀ ਜੀ ਸੰਗਤਾਂ ਦੇ ਰਹਿਣ ਦੇ ਤੇ ਮੱਝਾਂ ਗਾਈਆਂ ਦੇ ਬੈਠਣ ਦੇ ਵਸਣ ਦੇ ਸਾਰੇ ਪ੍ਰਬੰਧ ਨੇ ਇਹ ਸਾਰਾ ਸੰਗਤਾਂ ਨੇ ਆਪ ਚੁੱਲਿਆਂ 'ਚ ਪਕਾ ਕੇ ਇੱਟਾਂ ਲਿਆ ਕੇ ਦਿੱਤੀਆਂ ਕਿੰਨੀ ਕਿ ਸੰਗਤ ਬਾਬਾ ਜੀ ਦੇ ਨਾਲ ਜੁੜੀ ਹੋਈ ਹੋਵੇਗੀ ਜਿਨ੍ਹਾਂ ਨੇ ਲੱਖਾਂ ਇੱਟਾਂ ਆਪਦੇ ਘਰਾਂ 'ਚੋਂ ਪਕਾ ਕੇ ਲਿਆ ਕੇ ਬਾਬਾ ਜੀ ਦੀ ਪੇਟਾ ਕੀਤੀ ਇੱਥੋਂ ਸਾਨੂੰ ਪਤਾ ਲੱਗਦਾ ਕਿ ਉਹ ਸੰਤ ਦੀ ਲੋਕਾਂ ਦੇ ਵਿੱਚ ਕਿੰਨੀ ਲੋਕਪ੍ਰਿਤਤਾ ਸੀ ਉਸ ਤੋਂ ਬਾਅਦ ਬਾਬਾ ਜੀ ਨੇ ਪੂਰੇ ਪੰਜਾਬ ਵਿੱਚ ਵਿਚਰ ਕੇ ਲਗਭਗ 365 ਆਸ਼ਰਮ ਬਣਾਏ ਉਸ ਜਮਾਨੇ ਦੇ ਵਿੱਚ ਨਿਆੰਗ ਸਿੰਘਾਂ ਦੇ ਦਲ ਅਕਸਰ ਘੁਮਿਆ ਕਰਦੇ ਸਨ ਸੰਗਤਾਂ ਦੀ ਸੇਵਾ 'ਚ ਜਾਂਦੇ ਸਨ ਇਧਰੋਂ ਉਧਰ ਦਰਸ਼ਨਾ ਵਾਸਤੇ ਗੁਰਦੁਆਰਿਆਂ ਦੇ ਵਾਸਤੇ ਤਾਂ ਬਾਬਾ ਜੀ ਨੇ ਉਹ ਆਸ਼ਰਮ ਇਸ ਕਰਕੇ ਤਿਆਰ ਕਰਾਏ ਕਿ ਜਿਹੜੇ ਨਿਆੰਗ ਸਿੰਘ ਨੇ ਜਨ ਜਿਹੜੀਆਂ ਵੀ ਸੰਗਤਾਂ ਗੁਰੂ ਕੇ ਗੁਰੂ ਧਾਮਾਂ ਦੀ ਦਰਸ਼ਨਾ ਵਾਸਤੇ ਅੱਗੇ ਪਿੱਛੇ ਵਿਚਰਦੀਆਂ ਨੇ ਉਹਨਾਂ ਨੂੰ ਰਸਤਿਆਂ ਦੇ ਵਿੱਚ ਜਿੱਥੇ-ਜਿੱਥੇ ਲੋੜ ਪਵੇ ਉਹ ਇਨਾਂ ਇਨਾਂ ਆਸ਼ਰਮਾਂ ਤੇ ਪੜਾਂ ਕਰ ਸਕਦੇ ਨੇ ਉਹਨਾਂ ਆਸ਼ਰਮਾਂ ਦੇ ਵਿੱਚ ਲੰਗਰਾਂ ਤੇ ਪ੍ਰਬੰਧ ਉਹਨਾਂ ਆਸ਼ਰਮਾਂ ਦੇ ਵਿੱਚ ਹਕੀਮਾਂ ਤੇ ਵੈਦਾਂ ਦੇ ਪ੍ਰਬੰਧ ਕੀਤੇ ਗਏ ਜਿਨ੍ਹਾਂ ਨੂੰ ਬਾਬਾ ਜੀ ਵੱਲੋਂ ਜੜੀਆਂ ਬੂਟੀਆਂ ਲਿਆ ਕੇ ਦਿੱਤੀਆਂ ਜਾਂਦੀਆਂ ਸਨ ਤੇ ਉਹਨਾਂ ਆਸ਼ਰਮਾਂ ਦੇ ਵਿੱਚ ਆਈ ਹੋਈ ਸੰਗਤ ਗਰੀਬ ਸੰਗਤ ਦੀ ਇਲਾਜ ਮੁਫਤ ਕਰ ਦਿੱਤੀ ਜਾਂਦੀ ਸਨ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਸਨ ਉੱਤੇ ਬੜੇ ਵਧੀਆ ਲੰਗਰ ਬਣਾਏ ਜਾਂਦੇ ਸਨ ਜਿੱਥੇ ਕਿ ਲੰਗ ਦਾ ਟੱਪ ਦਾ ਰਾਹੀ ਪਾਂਦੀ ਵੀ ਰਾਤ ਕੱਟਦਾ ਸੀ ਤੇ ਲੰਗਰ ਪ੍ਰਸ਼ਾਦਾ ਪ੍ਰਾਪਤਾ ਸੀ ਨਿਹਾਲ ਹੁੰਦਾ ਸੀ ਇਸ ਤਰ੍ਹਾਂ ਦੀ ਸੇਵਾ ਭਾਵਨਾ ਨਾਲ ਪੂਰੇ ਪੰਜਾਬ ਦੇ ਵਿੱਚ ਬਾਬਾ ਜੀ ਨੇ ਵਿਚਰ ਕੇ ਬਹੁ ਵੱਡੀ ਸੇਵਾ ਪੂਰੇ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਘਮਾਈ ਕੀਤੀ। ਇੱਕ ਦਿਨ ਬਾਬਾ ਜੀ ਆਪਦੇ ਨਰੰਗਾਬਾਦ ਵਾਲੇ ਆਸ਼ਰਮ ਦੇ ਉਹਨਾਂ ਕਮਰਿਆਂ ਦਾ ਛੱਤਾਂ ਦੀ ਲਪਾਈ ਕਰਾ ਰਹੇ ਸਨ। ਆਪ ਬਾਬਾ ਜੀ ਮਿੱਟੀ ਦੀ ਕਹਾਣੀ ਆਪ ਤਿਆਰ ਕਰ ਰਹੇ ਸਨ। ਕਿ ਪਤਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਬਾਬਾ ਜੀ ਨੂੰ ਮਿਲਣ ਆਏ ਨੇ। ਬਾਬਾ ਜੀ ਮਿੱਟੀ ਦੀ ਕਹਾਣੀ ਦੇ ਚੱਕਰ ਦੇ ਵਿੱਚ ਖੜੇ ਹੋਏ ਨੇ ਬਾਹਰ ਨਹੀਂ ਨਿਕਲੇ ਮਨ ਵਿੱਚ ਖਿਆਲ ਆਇਆ ਕਿ ਜੇ ਕਿਉਂਕਿ ਇਹ ਰਾਜਾ ਹੈ ਇਹ ਸਿਆਸੀ ਹੈ ਜੇ ਤੇ ਇਹਦੇ ਮਨ ਵਿੱਚ ਸ਼ਰਧਾ ਹੋਵੇਗੀ ਤੇ ਇਹ ਇਸ ਚੱਕਰ ਦੇ ਵਿੱਚੋਂ ਦੀ ਟੱਪ ਕੇ ਆ ਕੇ ਮੈਨੂੰ ਮਿਲੇਗਾ ਤੇ ਜੇ ਇਹਦੇ ਮਨ ਵਿੱਚ ਰਾਜਾ ਹੋਣ ਦਾ ਹੰਕਾਰ ਹੋਵੇਗਾ ਤੇ ਇਹ ਦੂਰੋਂ ਖੜਾ ਫਤਿਹ ਬੁਲਾਏਗਾ ਅੱਜ ਇਹਦੀ ਪਰਖ ਹੋਏਗੀ ਤੇ ਕਿੰਨੇ ਕੇ ਮਹਾਰਾਜਾ ਰਣਜੀਤ ਸਿੰਘ ਕਹਾਣੀ ਦੇ ਵਿੱਚ ਵੜ ਕੇ ਬਾਬਾ ਬੀਰ ਸਿੰਘ ਉਹਨਾਂ ਨੂੰ ਮਿਲੇ ਤੇ ਉਹਨਾਂ ਦੇ ਚਰਨਾਂ ਤੇ ਉਹਨਾਂ ਨੇ ਮੱਥਾ ਟੇਕਿਆ ਉਸ ਤੋਂ ਬਾਅਦ ਕਾਫੀ ਲੰਮੀ ਚੌੜੀ ਵਾਰਤਾਲਾਪ ਹੋਈ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਬਾਬਾ ਜੀ ਖਾਲਸਾ ਰਾਜ ਤੁਹਾਡਾ ਆਪਣਾ ਹੈ ਹੁਕਮ ਕਰੋ ਤੁਸੀਂ ਆਪ ਇਹ ਕੰਮ ਇਹ ਸੇਵਾ ਨਿਭਾ ਰਹੇ ਹੋ ਕਾਰਸਾ ਦਰਬਾਰ ਵੱਲੋਂ ਆਪ ਜੀ ਨੂੰ ਕਾਰੀਗਰ ਭੇਜ ਦਿੱਤੇ ਆ ਇਥੇ ਆਸ਼ਰਮ ਦੀ ਸਾਰਾ ਕੰਮ ਉਹ ਕਰ ਚੰਗੇ ਬਾਬਾ ਜੀ ਨੇ ਕਿਹਾ ਨਹੀਂ ਅਜੇ ਨਹੀਂ ਲੋੜ ਜੇ ਲੋੜ ਪਵੇਗੀ ਤੇਸੀਂ ਲਾਵਾਂਗੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਬੇਨਤੀ ਕੀਤੀ ਕਿ ਬਾਬਾ ਜੀ ਜਦੋਂ ਕਦੀ ਲਾਹੌਰ ਵੱਲੋਂ ਦੀ ਗੁਜਰੋ ਕਿਰਪਾ ਕਰਿਆ ਕਰੋ ਲਾਹੌਰ ਦਰਬਾਰ ਵਿੱਚ ਆਪਣੇ ਮੁਬਾਰਕ ਚਰਨ ਪਾਇਆ ਕਰੋ ਤਾਂ ਜਦੋਂ ਬਾਬਾ ਬੀਤ ਸਿੰਘ ਲਾਹੌਰ ਦੇ ਕੋਲੋਂ ਲੰਘਦੇ ਅਗਰ ਮਹਾਰਾਜਾ ਰਣਜੀਤ ਸਿੰਘ ਲਾਹੌਰ ਵਿੱਚ ਹੁੰਦੇ ਤਾਂ ਉਹਨਾਂ ਨੂੰ ਮਿਲਿਆ ਕਰਦੇ ਸਨ ਜਦੋਂ ਵੀ ਉਹਨਾਂ ਦਾ ਮੇਲ ਹੋਣਾ ਉਹਨਾਂ ਨੂੰ ਬੜਾ ਮਾਣ ਸਤਿਕਾਰ ਦਰਬਾਰ ਵਿੱਚ ਸਮੂਹੇ ਦਰਬਾਰੀਆਂ ਨੇ ਦੇਣਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਹਰ ਵਾਰੀ ਇਹ ਬੇਨਤੀ ਕਰਨੀ ਕਿ ਬਾਬਾ ਜੀ ਤੁਸੀਂ ਹੁਣ 365 ਅਸਥਾਨ ਤਿਆਰ ਕੀਤੇ ਨੇ ਉਹਨਾਂ ਵਿੱਚ ਲੰਗਰ ਚੱਲਦੇ ਨੇ ਉਹਨਾਂ ਵਿੱਚ ਦਵਾਈ ਚੱਲਦੀ ਏ ਉਹਨਾਂ ਵਿੱਚ ਹੋਰ ਬਹੁਤ ਸਾਰੇ ਪ੍ਰਬੰਧ ਨੇ ਗਰੀਬ ਬੱਚੀਆਂ ਦੀਆਂ ਬੀਬੀਆਂ ਦੀਆਂ ਸ਼ਾਦੀਆਂ ਕਰਾਈਆਂ ਜਾਂਦੀਆਂ ਨੇ ਉਹਦੇ ਵਿੱਚ ਕਿਰਪਾ ਕਰੋ ਕਿ ਸਾਨੂੰ ਵੀ ਹਿੱਸਾ ਪਾਉਣ ਦੀ ਮੌਕਾ ਦਿੱਤਾ ਜਾਵੇ ਤਾਂ ਬਾਬਾ ਜੀ ਨੇ ਕਿਹਾ ਕਿ ਮਹਾਰਾਜਾ ਸਾਹਿਬ ਅੱਜ ਇਹ ਸਾਰੇ ਪ੍ਰਬੰਧਨ ਲਈ ਉਹ ਅਕਾਲ ਪੁਰਖ ਕਿਰਪਾ ਕਰ ਰਿਹਾ ਹੈ ਉਹ ਪਰਿਪੂਰਨ ਪਰਮਾਤਮਾ ਕਿਰਪਾ ਕਰ ਰਿਹਾ ਹੈ ਉਹ ਸਾਰੇ ਆਸ਼ਰਮ ਅੱਜ ਵਧੀਆ ਚੱਲ ਰਹੇ ਨੇ ਜਦੋਂ ਤੁਹਾਡੀ ਲੋੜ ਪਏਗੀ ਉਦੋਂ ਆਪ ਜੀ ਨੂੰ ਬੇਨਤੀ ਜ਼ਰੂਰ ਕੀਤੀ ਜਾਏਗੀ ਮਹਾਰਾਜੇ ਦੀ ਆਫਰ ਦੇ ਬਾਵਜੂਦ ਬਾਬਾ ਬੀਤ ਸਿੰਘ ਨੇ ਕਦੀ ਵੀ ਉਹਨਾਂ ਕੋਲ ਕੋਈ ਮੰਗ ਨਹੀਂ ਸੀ ਕੀਤੀ ਹੁਣ ਸ਼ਮਾ ਆਪਣੀ ਚਾਲੇ ਚੱਲਦਾ ਗਿਆ ਮਹਾਰਾਜਾ ਰਣਜੀਤ ਸਿੰਘ ਦੀ ਅਚਾਨਕ ਮੌਤ ਹੋ ਗਈ ਉਹਨਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਿੱਚ ਮਹਾਰਾਜਾ ਬਣਨ ਦੀ ਚੰਗੀ ਦੌੜ ਲੱਗੀ ਤੇ ਉਹ ਦੌੜ ਹੌਲੀ-ਹੌਲੀ ਖਾਨਾ ਜੰਗੀ ਚ ਬਦਲ ਗਈ। ਭਰਾਵਾਂ ਹੱਥੋਂ ਭਰਾਵਾਂ ਦੇ ਕਤਲ ਆਮ ਸ਼ੁਰੂ ਹੋਏ। ਜਿਹੜੇ ਵਜ਼ੀਰ ਸਨ ਵਜ਼ੀਰਾਂ ਨੂੰ ਵਜ਼ੀਰ ਬਣਨ ਦੀ ਦੌੜ ਲੱਗੀ। ਵਜ਼ੀਰਾਂ ਹੱਥੋਂ ਵਜ਼ੀਰ ਕਤਲ ਹੋਣੇ ਸ਼ੁਰੂ ਹੋਏ। ਰਾਜ ਦਰਬਾਰ ਵਿੱਚ ਤਿੰਨ ਧੜੇ ਸਨ। ਇੱਕ ਮਹਾਰਾਜਾ ਰਣਜੀਤ ਸਿੰਘ ਦੀ ਆਪਣੀ ਔਲਾਦ ਦਾ ਸੀ ਉਹਦੇ ਆਪ ਦੇ ਪੁੱਤਰਾਂ ਦਾ ਸੀ ਜੋ ਆਪਸ ਵਿੱਚ ਵੀ ਇਕੱਠੇ ਨਹੀਂ ਸਨ ਇੱਕ ਧੜਾ ਉਹਦੇ ਆਪ ਦੇ ਚਾਚੇ ਤਾਇਓ ਭਰਾਵਾਂ ਦਾ ਸੀ ਜਿਨ੍ਹਾਂ ਨੂੰ ਸੰਧਾ ਵਾਲੀਏ ਸਰਦਾਰ ਕਿਹਾ ਜਾਂਦਾ ਸੀ ਇੱਕ ਧੜਾ ਉਹ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਆਪ ਦੇ ਸ਼ਰੀਕ ਭਰਾ ਸਨ ਉਨਾ ਨਹੀਂ ਜਿਸ ਸੀ ਕਿ ਰਾਜ ਨੂੰ ਕਾਇਮ ਕਰਨ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਲਈ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਰਾਜ ਨੂੰ ਬਣਾਇਆ ਸੀ ਇੱਕ ਧੜਾ ਡੋਗਰਿਆਂ ਦਾ ਸੀ ਡੋਗਰੇ ਤਿੰਨ ਭਰਾ ਧਿਆਨ ਸਿੰਘ ਡੋਗਰਾ ਗੁਲਾਬ ਸਿੰਘ ਡੋਗਰਾ ਤੇ ਸੁਚੀਤ ਸਿੰਘ ਡੇਗਰਾ ਇਹ ਮਹਾਰਾਜਾ ਰਣਜੀਤ ਸਿੰਘ ਨੂੰ ਜਮੂਨ ਵਿਖੇ ਸ਼ਿਕਾਰ ਖੇਡਣ ਗਿਆ ਮਲੇਸ਼ਨ ਤੇ ਮਹਾਰਾਜਾ ਨੇ ਇਸ ਨੂੰ ਉਪਦੇ ਰਾਜ ਮੇਲਾ ਦੇ ਵਿੱਚ ਡਿਊੜੀ ਬਰਦਾਰ ਰੱਖਿਆ ਡਿਊੜੀ ਬਰਦਾਰ ਤੋਂ ਤਰੱਕੀ ਕਰਦਾ ਕਰਦਾ ਧਿਆਨ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਉਹਨਾਂ ਦਾ ਵਜ਼ੀਰ-ਏ-ਆਜ਼ਮ ਬਣਿਆ ਔਰ ਪੂਰੇ ਦਾ ਪੂਰਾ ਖਾਲਸਾ ਰਾਜ ਧਿਆਨ ਸਿੰਘ ਡੋਗਰੇ ਵੱਲੋਂ ਚਲਾਇਆ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਧਿਆਨ ਸਿੰਘ ਡੋਗਰੇ ਨੂੰ ਫੁੱਲ ਪਾਪਰਾਂ ਦਿੱਤੀਆਂ ਔਰ ਧਿਆਨ ਸਿੰਘ ਡੋਗਰਾ ਜਿੱਥੇ ਬਹੁਤ ਚਲਾਕ ਸੀ ਉਥੇ ਰਾਜਨੀਤਿਕ ਸਿਆਣਾ ਵੀ ਬਹੁਤ ਸੀ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਜਿੱਤਾਂ ਜਿੱਤਨ ਵਿੱਚ ਵੀ ਧਿਆਨ ਸਿੰਘ ਡੋਗਰੇ ਦੇ ਦਿਮਾਗ ਦੀ ਕਲਾਕਾਰੀ ਆਈ ਸੀ ਖਾਲਸਾ ਰਾਜ ਦੀ ਚੜ੍ਹਦੀ ਕਲਾ ਵਿੱਚ ਵੀ ਧਿਆਨ ਸਿੰਘ ਡੋਗਰੇ ਦਾ ਬੜਾ ਵੱਡਾ ਯੋਗਦਾਨ ਸੀ ਤੇ ਖਾਲਸਾ ਰਾਜ ਨੂੰ ਤਬਾਹੋ ਬਰਬਾਦ ਕਰਨ ਵਿੱਚ ਵੀ ਧਿਆਨ ਸਿੰਘ ਦੇ ਦਿਮਾਗ ਨੇ ਕੋਈ ਕਸਰ ਬਾਕੀ ਨਹੀਂ ਸੀ ਛੱਡੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਹਦੇ ਪੁੱਤਰਾਂ ਤੇ ਕਤਲ ਹੋਣੇ ਸ਼ੁਰੂ ਹੋਏ ਜਿਸ ਵੇਲੇ ਉਹਦੇ ਧਿਆਨ ਸਿੰਘ ਡੋਗਰੇ ਦਾ ਬਹੁਤ ਵੱਡਾ ਯੋਗਦਾਨ ਸੀ ਇੱਕ ਵਕਤ ਐਸਾ ਆਇਆ ਕਿ ਧਿਆਨ ਸਿੰਘ ਡੋਗਰਾ ਵੀ ਮਾਰਿਆ ਗਿਆ ਧਿਆਨ ਸਿੰਘ ਡੋਗਰੇ ਦਾ ਪੁੱਤਰ ਹੀਰਾ ਸਿੰਘ ਉਸ ਦਾ ਵਜ਼ੀਰੀ ਉੱਤੇ ਕਾਮਯਾਬ ਹੋਇਆ ਉਸਨੇ ਇੱਕ ਬਹੁਤ ਵੱਡੀ ਚਲਾਕੀ ਕੀਤੀ ਉਸਨੇ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਦਰੀਪ ਸਿੰਘ ਨੂੰ ਜੋ ਕਿ ਅਜੇ 5-6 ਸਾਲ ਦਾ ਸੀ ਉਹਨੂੰ ਮਹਾਰਾਜਾ ਬਣਾ ਕੇ ਤਿਲਕ ਦੇ ਕੇ ਗੱਦੀ ਤੇ ਬਿਠਾਤਾ ਤੇ ਆਪਣੇ ਆਪ ਨੂੰ ਦਲੀਪ ਸਿੰਘ ਦਾ ਵਜ਼ੀਰ ਬਣ ਕੇ ਵਜ਼ੀਰ-ਏ-ਆਜ਼ਮ ਦੇ ਅਹੁਦੇ ਉੱਤੇ ਆਪਣੇ ਆਪ ਨੂੰ ਕਾਇਮ ਕਰਤਾ ਲੇਕਿਨ ਕਿਉਂਕਿ ਹਾਲਾਤ ਬੜੇ ਖਰਾਬ ਚੱਲ ਰਹੇ ਸਨ ਕਤਲੋਗਾਰਜ ਚਾਰੋਂ ਪਾਸੇ ਹੋ ਰਹੀ ਸੀ ਫੌਜ ਵੀ ਬਗਾਵਤ ਕਰ ਰਹੀ ਸੀ महाराजा रणजीत परिवार विचो भी बहुत सारिया बगावत उठ रही सामे उस वे सरदार सिंह जो महाराजा रणजीत सिंह के भाई सन मारे जा चुके सन पर विचो एक सजे थनेसर विखे जिंदा बाकी साम से ਸਰਦਾਰ ਅਤਰ ਸਿੰਘ ਸੰਧਾ ਵਾਲੀਆ ਬੜਾ ਸੂਝਵਾਨ ਤੇ ਸਿਆਣਾ ਸੀ ਉਹ ਥਨੇਸਰ ਯੂਪੀ ਦੇ ਵਿੱਚ ਅੰਗਰੇਜ਼ੀ ਸਾਮਰਾਜ ਵਿੱਚ ਉਹਨਾਂ ਦੀ ਸ਼ਰਨ ਵਿੱਚ ਝੁਕਿਆ ਹੋਇਆ ਸੀ ਉਹ ਬਚਿਆ ਹੋਇਆ ਸੀ ਐਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਦੋ ਪੁੱਤਰ ਜਵਾਨ ਸ਼ਹਿਜ਼ਾਦਾ ਕਸ਼ਮੀਰਾ ਸਿੰਘ ਜੋ ਅਟਕ ਦਾ ਕਿਲੇਦਾਰ ਸੀ ਸ਼ਹਿਜ਼ਾਦਾ ਪਸ਼ੋਰਾ ਸਿੰਘ ਜੋ ਸਿਆਲਕੋਟ ਦਾ ਗਵਰਨਰ ਸੀ ਇਹ ਦੋ ਜਿੰਦਾ ਸਨ ਉਹਨਾਂ ਜਵਾਨ ਪੁੱਤਰਾਂ ਦੇ ਜਿਉਂਦੇ ਜੀ ਸਭ ਤੋਂ ਛੋਟੇ ਨਵਾਲਕ ਬੱਚੇ ਨੂੰ ਜਦੋਂ ਮਹਾਰਾਜਾ ਬਣਾਇਆ ਗਿਆ ਤੇ ਉਹਨਾਂ ਦਾ ਪੜਕ ਜਾਣਾ ਲਾਜ਼ਮੀ ਸੀ ਤੇ ਉਹਨਾਂ ਨੂੰ ਪੜਕਾਉਣ ਵਾਸਤੇ ਉਹਨਾਂ ਦੇ ਕਤਲ ਕਰਨ ਵਾਸਤੇ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਰਚੀ ਗਈ ਸੀ ਹੀਰਾ ਸਿੰਘ ਵੱਲੋਂ ਕਿ ਜਦੋਂ ਦਲੀਪ ਸਿੰਘ ਨੂੰ ਮਹਾਰਾਜਾ ਬਣਾਇਆ ਜਾਏਗਾ ਉਹ ਬਗਾਵਤ ਕਰ ਦੇਣਗੇ ਤੇ ਫਿਰ ਲਾਹੌਰ ਦਰਬਾਰ ਦੀ ਵੱਡੀ ਫੌਜ ਨਹੀਂ ਉਹਨਾਂ ਦੇ ਉੱਤੇ ਹਮਲਾ ਕਰਕੇ ਉਹਨਾਂ ਦੀ ਕਤਲ ਕਰਾ ਦਿੱਤੀ ਜਾਣਗੀ ਤਾਂ ਮੇਰੇ ਰਸਤੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਜੀ ਉਹ ਜਵਾਨ ਪੁੱਤਰ ਜਿਹੜੇ ਨੇ ਕਿਸੇ ਵੇਲੇ ਵੀ ਮੇਰੇ ਤੇ ਹਮਲਾ ਪਰ ਹੋ ਸਕਦੇ ਨਹੀਂ ਔਰ ਖਤਮ ਕਰਕੇ ਉਹ ਰਸਤਾ ਸਾਫ਼ ਕਰ ਦਿੱਤਾ ਜਾਏਗਾ ਤਾਂ ਇੱਕ ਬੱਚਾ ਜੋ ਨਵਾਲਕ ਹੈ ਇਹਨੂੰ ਪਤਾ ਹੀ ਨਹੀਂ ਦੁਨੀਆ ਬਾਹ ਇਹਨੂੰ ਨਾਮ ਤਰੀਕ ਬਾਦਸ਼ਾਹ ਬਣਾ ਕੇ ਅਸਲ ਵਿੱਚ ਬਾਦਸ਼ਾਹ ਮੈਂ ਹੀ ਬਣ ਜਾਵਾਂਗਾ ਇਹ ਉਹਦੀ ਦਿਮਾਗ ਦੀ ਸੋਚ ਸੀ ਉਨ ਨੇ ਜਦੋਂ ਦਲੀਪ ਸਿੰਘ ਨੂੰ ਬਾਦਸ਼ਾਹ ਬਣਾਇਆ ਉਦੋਂ ਬਗਾਵਤਾਂ ਉੱਠੀਆਂ ਲਾਹੌਰ ਦਰਬਾਰ ਵੱਲੋਂ ਇੱਕ ਵੱਜਾ ਫੌਜੀ ਦਸਤਾ ਭੇਜ ਕੇ ਅਟਕ ਉੱਤੇ ਹਮਲਾ ਕੀਤਾ ਗਿਆ ਤੇ ਫੌਜ ਨੂੰ ਇਹ ਕਿਹਾ ਗਿਆ ਕਿ ਸ਼ਹਿਜ਼ਾਦਾ ਕਸ਼ਮੀਰਾ ਸਿੰਘ ਦਾ ਕਤਲ ਕਰ ਦਿੱਤਾ ਜਾਏ। ਸਿਆਲਕੋਟ ਕਿਉਂਕਿ ਜੰਮੂ ਤੋਂ ਨੇੜੇ ਸੀ। ਜੰਮੂ ਦਾ ਗਵਰਨਰ ਹੀਰਾ ਸਿੰਘ ਦਾ ਚਾਚਾ ਸੀ ਡੋਗਰਾ ਗੁਲਾਬ ਸਿੰਘ ਉਹਦੇ ਕੋਲ ਵੀ ਇੱਕ ਬਹੁਤ ਵੱਡੀ ਫੌਜ ਸੀ ਡੋਗਰਾ ਗੁਲਾਬ ਸਿੰਘ ਨੂੰ ਆਖਿਆ ਗਿਆ ਕਿ ਤੁਸੀਂ ਇੱਕ ਵੱਡੀ ਫੌਜ ਲੈ ਕੇ ਸਿਆਲਕੋਟ ਤੇ ਹਮਲਾਵਰ ਹੋਵੋ ਤੇ ਸ਼ਾਜਾਦਾ ਪਸ਼ੌਰਾ ਸਿੰਘ ਨੂੰ ਕਤਲ ਕਰ ਦਿਓ ਦੋਮੋਂ ਪਾਸਿਆਂ ਤੋਂ ਇਹ ਸ਼ੋਅ ਕੀਤਾ ਗਿਆ ਕਿ ਮਹਾਰਾਜਾ ਦਲੀਪ ਸਿੰਘ ਦੇ ਰਾਜ ਨੂੰ ਉਦੇਮ ਭਰਾਮਾਂ ਨੇ ਬਰਦਾਸ਼ਤ ਨਹੀਂ ਕੀਤਾ ਤੇ ਉਹਨਾਂ ਨੇ ਬਗਾਵਤ ਛੇੜ ਦਿੱਤੀ ਹੈ ਇਸ ਕਰਕੇ ਮਹਾਰਾਜੇ ਵੱਲੋਂ ਉਹਨਾਂ ਦੀ ਬਗਾਵਤ ਦਬਾਉਣ ਲਈ ਫੌਜਾਂ ਨੂੰ ਕੂਚ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਫੌਜਾਂ ਪਹੁੰਚੀਆਂ ਬਹੁਤ ਵੱਡੀ ਕਹੇ ਗਏ ਗੱਚ ਲੜਾਈ ਸਾਰਾ ਦਿਨ ਚੱਲੀ ਇੱਕ ਛੋਟੇ ਛੋਟੇ ਕਿਲਿਆਂ ਦੇ ਕਿਲੇਦਾਰ ਕਿੰਨੀ ਕੁ ਫੌਜ ਦੇ مالک ਸਨ ਮਹਾਰਾਜੇ ਦੀ ਫੌਜ ਨਾਲ ਉਹਨਾਂ ਦਾ ਕੀ ਮੁਕਾਬਲਾ ਸੀ ਉਹ ਕੀ ਕਰ ਸਕਦੇ ਸਨ ਵਿਚਾਰੇ ਉਹ ਸ਼ਾਮ ਪੈਂਡ ਤੱਕ ਪੂਰੀ ਤਰ੍ਹਾਂ ਹਾਰ ਗਏ ਹਾਰ ਕੇ ਜਦੋਂ ਕਿਲੇ 'ਚ ਫਿਰ ਬੰਦ ਹੋਏ ਤਾਂ ਫੌਜ ਦੇ ਜਰਨੈਲਾਂ ਵੱਲੋਂ ਉਹਨਾਂ ਨੂੰ ਇੱਕ ਸੋਲੇ ਨਾਮੇ ਦਾ ਪੱਤਰ ਭੇਜਿਆ ਗਿਆ ਕਸ਼ਮੀਰਾ ਸਿੰਘ ਨੂੰ ਵੀ ਪਸ਼ੋਰਾ ਸਿੰਘ ਨੂੰ ਵੀ ਕਿ ਤੁਸੀਂ ਆਪਣਾ ਆਪ ਫੌਜ ਨੂੰ ਸਮਰਪਿਤ ਕਰ ਦਿਓ ਤੁਹਾਨੂੰ ਤੁਹਾਡੀ ਜਾਨ ਬਖਸ਼ੀ ਕੀਤੀ ਜਾਏਗੀ ਤੇ ਤੁਹਾਨੂੰ ਲਾਹੌਰ ਲਿਜਾ ਕੇ ਮਹਾਰਾਜਾ ਦਲੀਪ ਸਿੰਘ ਦੇ ਸਾਹਮਣੇ ਪੇਸ਼ ਕੀਤਾ ਜਾਏਗਾ ਉਮਾਰਾਜਾ ਦਲੀਪ ਸਿੰਘ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਦਾ ਹੈ ਉਹ ਬਾਅਦ ਵਿੱਚ ਹੋਏਗਾ ਪਰ ਜੇ ਤੁਸੀਂ ਨਾ ਹਟੇ ਹੁਣ ਤੁਹਾਡੀ ਫੌਜ ਹਾਰ ਚੁੱਕੀ ਹੈ ਮਹਾਰਾਜੇ ਦੀ ਫੌਜ ਨਾਲ ਤੁਹਾਡਾ ਕੋਈ ਮੁਕਾਬਲਾ ਨਹੀਂ ਤੁਸੀਂ ਕੱਲ ਦੀ ਲੜਾਈ ਵਿੱਚ ਮਾਰੇ ਜਾਓਗੇ ਉਹਨਾਂ ਨੂੰ ਵੀ ਮਹਿਸੂਸ ਹੋਇਆ ਕਿ ਅਸੀਂ ਕਿੰਨਾ ਚਿਰ ਇਹਨਾਂ ਨਾਲ ਲੜ ਸਕਾਂਗੇ ਉਹਨਾਂ ਵੱਲੋਂ ਵੀ ਇੱਕ ਪੱਤਰ ਵਾਪਸ ਭੇਜਿਆ ਗਿਆ ਕਿ ਅਸੀਂ ਗਲਤ ਦਿਨ ਚੜ੍ਹਾ ਦਿਨ ਦੇ ਚੜਾਤੇ ਆਤਮ ਸਮਰਪਿਤ ਕਰ ਦੇਵਾਂਗੇ ਮਜਬੂਤ ਕਿਲੇ ਸੰ ਫੌਜ ਕੋਲੋਂ ਕਿਲਿਆਂ ਦੇ ਅੰਦਰ ਜਾਣਾ ਵੀ ਬੜਾ ਔਖਾ ਸੀ ਫੌਜ ਨੇ ਇਹ ਗੱਲ ਮੰਨ ਲਈ ਤੇ ਚਫੇਰੀਆਂ ਕਿਲਿਆਂ ਨੂੰ ਘੇਰ ਲਿਆ ਤੇ ਆਰਾਮ ਨਾਲ ਬਾਹਰ ਬੈਠ ਕੇ ਵੀ ਸਵੇਰੇ ਹੀ ਆਪਣਾ ਆਪ ਸਮਰਪਿਤ ਕਰ ਦੇਣਗੇ ਤੇ ਟੈਂਟਾ ਮੁੱਕ ਜਾਏਗਾ ਉਹਨਾਂ ਨੂੰ ਪਤਾ ਸੀ ਕਿ ਜੇ ਅਸੀਂ ਸਮਰਪਿਤ ਵੀ ਹੋ ਗਏ ਆਤਮ ਸਮਰਪਣ ਤੋਂ ਬਾਅਦ ਵੀ ਇਹਨਾਂ ਨੇ ਸਾਡਾ ਕਤਲ ਕਰ ਦੇਣਾ ਜਾਨਾਂ ਨਹੀਂ بچਣੀਆਂ ਕਿੰਨਾ ਚਿਰ ਅਸੀਂ ਜਿਉਨੇ ਆ ਉਹਨਾਂ ਚਿਰ ਅਸੀਂ ਹੀਰਾ ਸਿੰਘ ਨੂੰ ਰੜਕਦੇ ਰਵਾਂਗੇ ਜੇ ਇਹਨਾਂ ਕਤਲ ਨਾ ਵੀ ਕੀਤਾ ਤੇ ਸਾਨੂੰ ਡਾ ਜਾ ਕੇ ਇਹਨਾਂ ਨੇ ਜੇਲ੍ਹ ਕੋਠੜੀ ਚ ਪਾ ਕੇ ਵੀ ਮਾਰ ਦੇਣਾ ਸਾਡੀ ਜ਼ਿੰਦਗੀ ਬਚਣੀ ਨਹੀਂ ਵਿਚਾਰ ਕੀਤੀ ਗਈ ਸੋਚਿਆ ਗਿਆ ਆਪਣੇ ਪਰਿਵਾਰ ਨਾਲ ਵੀ ਭੱਜ ਕੇ ਜਾਈਏ ਕਿੱਥੇ ਪੂਰੇ ਪੰਜਾਬ ਦੇ ਉੱਤੇ ਵਜ਼ੀਰ ਆਜ਼ਮ ਹੀਰਾ ਸਿੰਘ ਦਾ ਰਾਜ ਆ ਚੁੱਕਾ ਹੈ ਦਲੀਪ ਸਿੰਘ ਨੂੰ ਕੋਈ ਪਤਾ ਨਹੀਂ ਪੰਜਾਬ ਵਿੱਚ ਕਿਤੇ ਵੀ ਜਾਵਾਂਗੇ ਉਸੇ ਤਰੀਕੇ ਅਸੀਂ ਗ੍ਰਿਫਤਾਰ ਹੋ ਕੇ ਹੀਰਾ ਸਿੰਘ ਦੇ ਪੇਸ਼ ਕੀਤੇ ਜਾਵਾਂਗੇ ਫਿਰ ਸਾਨੂੰ ਨਸਿਆਂ ਹੋਇਆ ਉੱਤੇ ਹੋਰ ਕਾਨੂੰਨ ਲਾਗੂ ਕੀਤੇ ਜਾਣਗੇ ਜੇ ਅਸੀਂ ਪੰਜਾਬ ਰਾਜ ਦੀਆਂ ਹੱਦਾਂ ਤੋਂ ਪਾਰ ਹੁੰਨੇ ਆ ਤੇ ਚਫੇਰੇ ਅੰਗਰੇਜ਼ ਸਾਮਰਾਜ ਹੈ ਅਮਰਿੰਗ ਦੇ ਅੰਗਰੇਜ਼ ਸਾਮਰਾਜ ਦੇ ਨਾਲ ਹੀਰਾ ਸਿੰਘ ਦੀ ਗਾਂਢ ਸਾਂਢ ਛੋ ਚੁੱਕੀ ਹੈ ਸਹਾਇਕ ਸੰਧੀ ਜੋ ਅੰਗਰੇਜ਼ਾਂ ਨੇ ਉਸ ਵੇਲੇ ਦੇਸੀ ریاستਾਂ ਵਾਸਤੇ ਚਲਾਈ ਸੀ ਕਿ ਨਾਮ ਤਰੀਕ ਬਾਦਸ਼ਾਹ ਰਹੋਗੇ ਬਾਕੀ ਦੇ ਸਾਰੇ ਪ੍ਰਬੰਧ ਅੰਗਰੇਜ਼ ਸਾਮਰਾਜ ਦੇ ਹੱਥ ਚਲੇ ਜਾਣਗੇ ਤੇ ਤੁਹਾਨੂੰ ਬਾਦਸ਼ਾਹ ਰਹਿਣ ਵਾਸਤੇ ਗੁਜ਼ਾਰੇਯੋਗੀ ਪੈਨਸ਼ਨ ਤੇ ਨਾਮ ਤਰੀਕ ਬਾਦਸ਼ਾਹੀ ਦਿੱਤੀ ਜਾਏਗੀ ਇਹਦਾ ਨਾਮ ਰੱਖਿਆ ਸੀ ਸਹਾਇਕ ਸੰਧੀ ਉਹ ਸੰਧੀ ਦੀ ਗੱਲਬਾਤ ਹੀਰਾ ਸਿੰਘ ਵੱਲੋਂ ਅੰਗਰੇਜ਼ਾਂ ਨਾਲ ਚਲਾਈ ਜਾ ਚੁੱਕੀ ਸੀ ਕਿ ਇੱਕ ਵਾਰੀ ਮੈਨੂੰ ਰਾਜ ਦੇ ਉੱਤੇ ਕਾਬਜ਼ ਹੋ ਲੈਣ ਦਿਓ ਫਿਰ ਇਹ ਰਾਜ ਆਪ ਜੀ ਦੇ ਹਵਾਲੇ ਕਰ ਦਿੱਤਾ ਜਾਏਗਾ ਤੇ ਮੈਂ ਨਾਮ ਤਰੀਕ ਬਾਦਸ਼ਾਹ ਦੇ ਤੌਰ ਤੇ ਆਪ ਜੀ ਤੋਂ ਗੇ ਜਾਗੀਰ ਲੈ ਕੇ ਇੱਥੇ ਬਤੌਰ ਬਾਦਸ਼ਾਹ ਆਪਦੀ ਜ਼ਿੰਦਗੀ ਬਸਰ ਕਰਾਂਗਾ ਇਹ ਗੱਲਬਾਤ ਹੁੰਦੇ ਕਾਰਨ ਅਗਰ ਉਹ ਬਾਹਰ ਨਿਕਲ ਕੇ ਪੰਜਾਬ ਤੋਂ ਅੰਗਰੇਜ਼ੀ ਰਾਜ ਵਿੱਚ ਵੀ ਚਲੇ ਜਾਣ ਕਿਤੇ ਉੱਥੇ ਵੀ ਗ੍ਰਿਫਤਾਰ ਕਰ ਲਏ ਜਾਣਗੇ ਫਿਰ ਹੀਰਾ ਸਿੰਘ ਦੇ ਪੇਸ਼ ਕੀਤੇ ਜਾਣਗੇ ਫਿਰ ਇਹ ਉਸ ਤੋਂ ਵੱਡੀ ਬਗਾਵਤ ਮੰਨੀ ਜਾਏਗੀ ਫਿਰ ਸਾਡਾ ਕਤਲ ਹੋਏਗਾ ਸਾਡੇ ਹਰ ਹਾਲਤ ਕਤਲ ਹੋਣਾ ਹੀ ਹੋਣਾ ਇਸ ਲਈ ਸਾਡਾ ਕਿਤੇ ਵਿਚਾਰ ਨਹੀਂ ਸੋਚ ਵਿਚਾਰ ਕਰਨ ਤੋਂ ਬਾਅਦ ਉਹਨਾਂ ਸੋਚਿਆ ਕਿ ਬਾਬਾ ਬੀਰ ਸਿੰਘ ਹੋਰੀ ਇੱਕ ਐਸੀ ਸ਼ਖਸੀਅਤ ਨੇ ਅਗਰ ਉਹਨਾਂ ਤੱਕ ਪਹੁੰਚ ਕੀਤੀ ਜਾਏ ਤੇ ਉਹਨਾਂ ਨੂੰ ਨਾਲ ਲੈ ਕੇ ਲਾਹੌਰ ਦਰਬਾਰ ਦੇ ਹੋਰ ਦਰਬਾਰੀਆਂ ਨੂੰ ਇਕੱਤਰ ਕਰਕੇ ਉਹ ਵੱਡੀ ਸਭਾ ਬਣਾ ਕੇ ਉਹਦੇ ਵਿੱਚ ਸ਼ਾਇਦ ਸਾਡੀ ਕੋਈ ਸੁਣਾਈ ਹੋ ਸਕੇ ਇਹ ਕੰਮ ਬਾਬਾ ਬੀਰ ਸਿੰਘ ਕਰ ਸਕਦੇ। ਉਹਨਾਂ ਨੇ ਬਾਬਾ ਬੀਰ ਸਿੰਘ ਵੱਲ ਰਾਤੋਂ ਰਾਤ ਕਿਉਂਕਿ ਉਹ ਕਿਲਿਆਂ ਦੇ ਇੰਚਾਰਜ ਸਨ ਕਿਲਿਆਂ ਦੇ ਵਿੱਚ ਕੁਝ ਸੁਰਗਾਂ ਹੁੰਦੀਆਂ ਨੇ ਉਹਨਾਂ ਵਿੱਚੋਂ ਦੀ ਕਿਸੇ ਵੇਲੇ مصیبت ਆਏ ਤੇ ਉਹ ਬੰਦੇ ਉਹ ਬਾਦਸ਼ਾਹ ਉਹਦਾ ਫੁਰਗਾਂ ਥਾਣੀ ਪਾਰ ਨਿਕਲ ਜਾਂਦੇ ਨੇ ਉਹ ਕਈ-ਕਈ ਕਿਲੋਮੀਟਰ ਦੂਰ ਜਾ ਕੇ ਖੁੱਲਦੀਆਂ ਨੇ ਇਹ ਕਿਲਿਆਂ ਦੇ ਵਿੱਚ ਐਸੀਆਂ ਸਹੂਲਤਾਂ ਹੋਇਆ ਕਰਦੀਆਂ ਉਹ ਕਿਉਂਕਿ ਉਹ ਨਾ ਕਿਲਿਆਂ ਦੇ ਵਿੱਚ ਬੜੀਆਂ ਚਿਰਾਂ ਤੋਂ ਰਹਿ ਰਹੇ ਸਨ ਉਹ ਰਸਤਿਆਂ ਨੂੰ ਉਹ ਜਾਣਦੇ ਸਨ ਉਹ ਰਾਤੋਂ-ਰਾਤ ਉਹਨਾਂ ਫੁਰਗਾਂ ਥਾਣੀ ਕਿਲਿਆਂ ਚੋਂ ਫਰਾਰ ਹੋ ਗਏ ਤੇ ਰਾਤੋਂ-ਰਾਤ ਉਹ ਬਾਬਾ ਬੀਰ ਸਿੰਘ ਹੋਰਾਂ ਵੱਰ ਚੱਲ ਪਏ ਇਸ ਦੌਰਾਨ ਇੱਕ ਹੋਰ ਘਟਨਾ ਵਾਪਰੀ ਹੀਰਾ ਸਿੰਘ ਨੇ ਵਜ਼ੀਰ ਬਣਦਿਆਂ ਨਾਲ ਹੀ ਇੱਕ ਚਿੱਠੀ ਬਾਬਾ ਬੀਰ ਸਿੰਘ ਹਰਾਂ ਨੂੰ ਭੇਜੀ ਆਪਦੇ ਕੁਝ ਦਰਬਾਰੀਆਂ ਵੱਲੋਂ ਲਿਖਾ ਕੇ ਇੱਕ ਚਾਲ ਚਲੀ ਉਹਨਾਂ ਦਰਬਾਰੀਆਂ ਨੇ ਬਾਬਾ ਬੀਤ ਸਿੰਘ ਨੂੰ ਲਿਖਿਆ ਕਿ ਬਾਬਾ ਜੀ ਖਾਲਸਾ ਰਾਜ ਤੇ ਬਹੁਤ ਸਾਰੇ ਦਰਬਾਰੀ ਹੀਰਾ ਸਿੰਘ ਨੂੰ ਵਜ਼ੀਰ ਮੰਨਣ ਲਈ ਤਿਆਰ ਨਹੀਂ ਕਿਉਂਕਿ ਹੀਰਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਪਰਾਈਆਂ ਪਾਈਆਂ ਨੂੰ ਲੈਨਾ ਸਿੰਘ ਉਹਨਾਂ ਨੂੰ ਕਤਲ ਕਰਵਾ ਦਿੱਤਾ ਇਸ ਕਰਕੇ ਲੈਨਾ ਸਿੰਘਾਂ ਦੀ ਜਿਹੜੀ ਨਾਲ ਸੰਬੰਧਤ ਫੌਜੀ ਨੇ ਉਹ ਇਨ ਇਸ ਨੂੰ ਵਜ਼ੀਰ ਮੰਨਣ ਦੀ ਤਿਆਰ ਨਹੀਂ ਖਾਲਸਾ ਰਾਜ ਵਿੱਚ ਬੜਾ ਕਮਸਾਨ ਦਾ ਜੰਗ ਹੋਣ ਵਾਲਾ ਹੈ ਲੇਕਿਨ ਇੱਕ ਤਰੀਕਾ ਹੈ ਜਿਸ ਦੇ ਤੋ ਇਹ ਬਚਾ ਕੀਤਾ ਜਾ ਸਕਦਾ ਹੈ ਉਹ ਇਹ ਹੈ ਕਿ ਜੇ ਤੁਸੀਂ ਸਰਦਾਰ ਅਤਰ ਸਿੰਘ ਸੰਧਾਵਾਲੀਆ ਨੂੰ ਇੱਥੇ ਬੁਲਾ ਲਓ ਤੇ ਉਹਨਾਂ ਨੂੰ ਆਪਾਂ ਲਾਹੌਰ ਦਰਬਾਰ ਦਾ ਵਜ਼ੀਰ-ਏ-ਆਜ਼ਮ ਥਾਪ ਦਈਏ ਤੇ ਹੀਰਾ ਸਿੰਘ ਨੂੰ ਲਾਹ ਦੇਈਏ ਤਾਂ ਫਿਰ ਇਹ ਰਣਜੀਤ ਸਿੰਘ ਦਾ ਰਾਜ ਕਾਇਮ ਰਹਿ ਸਕਦਾ ਹੈ ਫਿਰ ਦਲੀਪ ਸਿੰਘ ਬਾਦਸ਼ਾਹ ਰਹੇਗਾ ਤੇ ਅਤਰ ਸਿੰਘ ਸੰਧਾਵਾਲੀਆ ਬਹੁਤ ਸਿਆਣਾ ਹੈ ਤੇ ਮਹਾਰਾਜਾ ਰਣਜੀਤ ਸਿੰਘ ਦਾ ਛਾਤੀਓ ਤਾਈਉ ਪੁੱਤ ਭਰਾ ਹੈ ਉਨਾ ਦਾ ਪਰਿਵਾਰ ਹੀ ਆਪਣਾ ਖੂਨ ਹੈ ਫਿਰ ਇਹ ਸਿੱਖ ਰਾਜ ਦਾ ਬਚਾ ਹੋ ਸਕਦਾ ਹੈ ਨਹੀਂ ਤਾਂ ਸਿੱਖ ਰਾਜ ਦੀ ਬੇੜੀ ਖਤਰੀ ਵਿੱਚ ਪੈ ਚੁੱਕੀ ਹੈ ਕਹਿੰਦੇ ਨੇ ਕਿ ਜਿਹੜਾ ਸੰਤ ਹੁੰਦਾ ਹੈ ਨਾ ਉਹਦਾ ਸੁਭਾਅ ਉਹਦੀ ਸੋਚ ਉਹਦੀ ਬਾਲ ਬੁੱਧ ਹੁੰਦੀ ਸੰਤਾਂ ਦੇ ਦਿਮਾਗ ਵਿੱਚ ਬਹੁਤੀਆਂ ਚਾਲਾਂ ਚੋਲਾਂ ਨਹੀਂ ਹੁੰਦੀਆਂ ਉਹ ਕਿਸੇ ਦਾ ਬੁਰਾ ਨਾ ਸੋਚ ਸਕਦੇ ਨਾ ਉਹਨਾਂ ਦੇ ਖਿਆਲ 'ਚ ਆਉਂਦੇ ਹੀ ਉਹਨਾਂ ਨੂੰ ਇਹ ਗੱਲ ਕੁਝ ਚੰਗੀ ਲੱਗੀ ਕਿਉਂਕਿ ਮਹਾਰਾਜੇ ਦੇ ਪੁੱਤਰਾਂ ਪੋਤਰਿਆਂ ਦੇ ਕਤਲ ਵੇਖ ਰਹੇ ਸਨ ਉਹ ਤੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਸਿੱਖ ਰਾਜ ਦਾ ਅੰਤ ਹੋ ਚਲਿਆ ਹੈ ਲੇਕਿਨ ਇਹ ਜਿਹੜੀ ਨਵੀਂ ਪ੍ਰਪੋਜ਼ਲ ਆਈ ਸੀ ਇਹਦੇ ਵਿੱਚ ਸਿੱਖ ਰਾਜ ਬਚਾਇਆ ਜਾ ਸਕਦਾ ਹੈ ਤੇ ਉਹਨਾਂ ਨੇ ਇਹ ਵੀ ਚਿੱਠੀ 'ਚ ਲਿਖਿਆ ਸੀ ਕਿ ਬਾਬਾ ਜੀ ਅਤਰ ਸਿੰਘ ਸੰਧਾਵਾਲੀਆ ਕੇਵਲ ਤੁਹਾਡੇ ਤੇ ਵਿਸ਼ਵਾਸ ਕਰਦੇ ਨਹੀਂ ਤੁਹਾਡੇ ਵੱਲੋਂ ਸੱਦੇ ਤੇ ਤੁਹਾਡੇ ਕੋਲ ਆ ਸਕਦੇ ਨਹੀਂ ਵੈਸੇ ਨਹੀਂ ਆਉਣਗੇ ਤੇ ਬਾਬਾ ਜੀ ਨੇ ਸੋਚਿਆ ਬਾਬਾ ਬੀਰ ਸਿੰਘ ਹੋਰਾਨੇ ਇਥੇ ਬੜਾ ਭਲੇ ਦਾ ਕੰਮ ਏ ਖਾਲਸਾ ਰਾਜ ਬਚ ਸਕਦਾ ਹੈ ਉਹਨਾਂ ਨੇ ਉਸੇ ਵੇਲੇ ਇੱਕ ਪੱਤਰ ਲੈ ਕੇ ਅਦਰ ਸਿੰਘ ਸੰਧਾ ਵਾਲੀਏ ਵਾਲਪ ਦੇ ਇੱਕ ਸੇਵਕ ਨੂੰ ਘੋੜਾ ਦੇ ਕੇ ਥੰਨੇ ਸਰ ਭੇਜ ਦਿੱਤਾ ਉਹ ਅਦਰ ਸਿੰਘ ਸੰਧਾ ਵਾਲੀਏ ਕੋਲ ਪਹੁੰਚਿਆ ਔਰ ਅਤਰ ਸਿੰਘ ਸੰਧਾਵਾਲੀਆ ਉਹ ਬਾਬਾ ਜੀ ਦਾ ਪੱਤਰ ਵੇਖ ਕੇ ਬਾਬਾ ਜੀ ਦਾ ਕਿਉਂਕਿ ਬਹੁਤ ਸਤਕਾਰ ਸੀ ਉਹ ਉਸ ਸਿੰਘ ਦੇ ਨਾਲ ਹੀ ਬਾਬਾ ਜੀ ਦੇ ਆਸ਼ਰਮ ਨੌਰੰਗਾਬਾਦ ਪਹੁੰਚ ਗਏ ਬਾਬਾ ਜੀ ਨੇ ਅਗਲੇ ਦਿਨ ਇਹ ਸਮਿਆ ਲਾਹੌਰ ਦਰਬਾਰ ਨੂੰ ਭੇਜ ਦਿੱਤਾ ਕਿ ਸਰਦਾਰ ਅਤਰ ਸਿੰਘ ਸੰਧਾਵਾਲੀਆ ਮੇਰੇ پاس ਪਹੁੰਚ ਚੁੱਕੇ ਨੇ ਸਾਡਾ ਇੱਕ ਮੇਲਾ ਜਿਹੜਾ ਅਸੀਂ ਹਾਰਸਾਨ ਪਿੰਡ ਮੁਠਿਆਂ ਵਾਲੇ ਵਾਲੇ ਆਸ਼ਰਮ ਸਤਲੁਜ ਦੇ ਕੰਢੇ ਕਰਨੇ ਆ ਉਹ ਮੇਲਾ ਪੁਗਤਾ ਕੇ ਇੱਕ ਦੋ ਦਿਨਾਂ ਤੱਕ ਮੈਂ ਅਤਰ ਸਿੰਘ ਸੰਧਾ ਵਾਲੀਆਂ ਨੂੰ ਨਾਲ ਲੈ ਕੇ ਲਾਹੌਰ ਦਰਬਾਰ ਵਿੱਚ ਪਹੁੰਚਾਂਗਾ ਤੇ ਫਿਰ ਜਿਸ ਤਰ੍ਹਾਂ ਦਾ ਵੀ ਆਪਣਾ ਉੱਥੇ ਫੈਸਲਾ ਹੋਵੇਗਾ ਉਹ ਕਰ ਲਿਆ ਜਾਏਗਾ ਇਸ ਨੇ ਆ ਪਹੁੰਚਦੇ ਹੀ ਹੀਰਾ ਸਿੰਘ ਨੂੰ ਚਾ ਛੱਡ ਗਿਆ ਕਿ ਅਤਰ ਸਿੰਘ ਸੰਧਾ ਵਾਲੀਆ ਵੀ ਮੇਰੇ ਸ਼ਕੰਜੇ ਵਿੱਚ ਆ ਗਿਆ ਤੇ ਇਧਰੋਂ ਇਹ ਵੀ ਮੇਰੇ ਸ਼ਕੰਜੇ ਵਿੱਚ ਦੂਵੇਂ ਸ਼ਹਿਜ਼ਾਦੇ ਵੀ ਆ ਚੁਕੇ ਨੇ ਲੇਕਿਨ ਸ਼ਹਿਜ਼ਾਦੇ ਜਦੋਂ ਉੱਥੋਂ ਦੌੜੇ ਉਹ ਆਪ ਦਾ ਪੰਧ ਮੁਕਾ ਕੇ ਬਾਬਾ ਬੀਰ ਸਿੰਘ ਦੇ ਡੇਰੇ ਉਰੰਗਾਬਾਦ ਪਹੁੰਚ ਗਏ ਬਾਬਾ ਜੀ ਨੇ ਅਗਲੇ ਦਿਨ ਇੱਕ ਹੋਰ ਪੱਤਰ ਲਾਹੌਰ ਦਰਬਾਰ ਚ ਭੇਜਿਆ ਕਿ ਮੇਰੇ ਪਾਸ ਮਹਾਰਾਜਾ ਰਣਜੀਤ ਸਿੰਘ ਦੇ ਦੋਵੇਂ ਸ਼ਹਿਜ਼ਾਦੇ ਕਸ਼ਮੀਰਾਤ ਸਿੰਘ ਤੇ ਪਸ਼ੋਰਾ ਸਿੰਘ ਪਹੁੰਚ ਚੁਕੇ ਨੇ ਮੈਂ ਅਤਰ ਸਿੰਘ ਸੰਧਾਵਾਲੀਆ ਤੇ ਦੋਵੇਂ ਸ਼ਹਿਜ਼ਾਦੇ ਨਾਲ ਲੈ ਕੇ ਇਹ ਮੁੱਠਿਆ ਵਾਲੀ ਦਾ ਮੇਲਾ ਪੁਗਤਾ ਕੇ ਇਸ ਤੋਂ ਬਾਅਦ ਲਾਹੌਰ ਦਰਬਾਰ ਪਹੁੰਚਾਂਗਾ ਤੇ ਆਪਾਂ ਸਾਰੀ ਝਬਾ ਇਕੱਠੀ ਕਰਕੇ ਵਿੱਚ ਸਾਂਝਾ ਮਨਜਾ ਫੈਸਲਾ ਕਰਕੇ ਲਾਹੌਰ ਦਰਬਾਰ ਦੀ ਬਿਹਤਰੀ ਵਾਸਤੇ ਕੋਈ ਰਾਹ ਕੱਢ ਲਵਾਂਗੇ ਹਈਦਾ ਸਿੰਘ ਨੇ ਕੀਆ ਤੇ ਸੋਨੇ ਤੇ ਸੁਹਾਗਾ ਹੋ ਗਿਆ ਮੇਰੇ ਤਿੰਨੇ ਦੁਸ਼ਮਣ ਇੱਕੋ ਥਾਂ ਇਕੱਠੇ ਹੋ ਗਏ ਬਾਬਾ ਬੀਤ ਸਿੰਘ ਹੋਰੀ ਨੌਰੰਗਾ ਬਾਦ ਤੋਂ ਸਾਰੀ ਸੰਗਤ ਨੂੰ ਨਾਲ ਲੈ ਕੇ ਡੇਰਾ ਮੁਠਿਆਂ ਵਾਲਾ ਉਹ ਮੁਠਿਆਂ ਵਾਲਾ ਤੇ ਰਤੋ ਕੇ ਦੋ ਪਿੰਡਾਂ ਦੇ درمیان ਹੈ ਉਸ ਡੇਰੇ ਉਸ ਆਸ਼ਰਮ ਦੇ ਵਿੱਚ ਪਹੁੰਚ ਗਏ ਉਹ ਮੇਲਾ ਮਨਾਉਣ ਵਾਸਤੇ ਅਤਰ ਸਿੰਘ ਸੰਧਵਾਲੀਆ ਦੋਵੇਂ ਸ਼ਹਿਜਾਦੀ ਵੀ ਉਹਨਾਂ ਦੇ ਨਾਲ ਉੱਥੇ ਚਲੇ ਗਏ ਉਹਨਾਂ ਅਗਲੇ ਦਿਨ ਹੀਰਾ ਸਿੰਘ ਆਪਦੇ ਅਸਲੀ ਰੂਪ ਵਿੱਚ ਉਤਰਿਆ ਆਇਆ ਉਹਨੇ ਪੰਜਾਬ ਦੀਆਂ ਸਾਰੀਆਂ ਸਰਹੰਦਾਂ ਨੂੰ ਸੀਲ ਕੀਤਾ। ਉਹਨੇ ਅਮਰੰਤ ਸਰ ਦੇ ਆਦੇ ਫੌਜੀ ਹੈੱਡਕੁਆਰਟਰ ਨੂੰ ਹੁਕਮ ਕੀਤਾ ਕਿ ਜਾ ਕੇ ਰਤੋ ਕਿਆਲਾ ਡੇਰਾ ਦੂਰੋਂ ਦੂਰੋਂ ਉਸ ਨੂੰ ਸਾਰੇ ਰਸਤੇ ਸੀਲ ਕਰਕੇ ਘੇਰ ਲਿਆ ਜਾਵੇ। ਤਾਂਕਿ ਉਥੋਂ ਕੋਈ ਵੀ ਨਸ ਕੇ ਕਿਸੇ ਪਾਸੇ ਨੂੰ ਬਾਹਰ ਨਾ ਨਿਕਲ ਸਕੇ। ਪਰ ਅਜੇ ਇਹਰ ਤੋ ਕਿਆ ਵਾਲੇ ਆਸ਼ਰਮ ਵਿੱਚ ਮੁਠਿਆ ਵਾਲੇ ਆਸ਼ਰਮ ਵਿੱਚ ਬਾਬਿਆਂ ਨੂੰ ਅਜੇ ਇਹ ਪਲਦਾ ਪਤਾ ਨਾ ਲੱਗੇ। ਲੇਕਿਨ ਦੂਰ ਦਰਾਡੇ ਤੋਂ ਜਿਹੜੀਆਂ ਸੰਗਤਾਂ ਆ ਰਹੀਆਂ ਸਨ ਉਹਨਾਂ ਆ ਕੇ ਬਾਬਾ ਜੀ ਨੂੰ ਦੱਸਿਆ ਕਿ ਬਾਬਾ ਜੀ ਫੌਜ ਚ ਫੇਰੀ ਕਿਉਂ ਲੱਗੀ ਹੋਈ? ਬਾਬਾ ਜੀ ਦੀ ਸਮਝ ਵਿੱਚ ਕੋਈ ਗੱਲ ਨਾ ਆਈ। ਚਲੋ ਮੇਲੇ ਦੀ ਅਰੰਭਤਾ ਸ਼ੁਰੂ ਹੋ ਗਈ। ਅਖੰਡ ਪਾਠ ਰੱਖੇ ਗਏ। कीर्तन शुरू हो गए लंगर तैयार होने शुरू हो गए सारे काम चलने शुरू हो गए एने नु अगले दिन राजा ही राज सिंह ਵੱਲੋਂ ਭੇਜੇ ਹੋਏ ਦੋ ਵਕੀਲ ਬਾਬਾ ਜੀ ਨੂੰ 데ਰੇ ਵਿੱਚ ਆ ਕੇ ਮਿਲੇ ਉਹਨਾਂ ਨੇ ਆਣ ਕੇ ਆਖਿਆ ਬਾਬਾ ਜੀ ਅਸੀਂ ਰਾਜਾ ਹੀ ਰਾਜ ਸਿੰਘ ਵੱਲੋਂ ਮਹਾਰਾਜਾ ਦਲੀਪ ਸਿੰਘ ਵੱਲੋਂ ਭੇਜੇ ਗਏ ਹੁਕਮ ਨੂੰ ਲੈ ਕੇ ਤੁਹਾਡੇ ਕੋ ਪਹੁੰਚੇ ਆ ਕਿ ਤੁਹਾਡੇ ਕੋਲ ਸਰਕਾਰ ਦੇ ਤਿੰਨ ਬਾਗੀ ਆਏ ਬੈਠੇ ਨੇ ਉਹ ਤਿੰਨੇ ਬਾਗੀ ਸਾਡੇ ਹਵਾਲੇ ਕਰ ਦਿਓ ਬਾਬਾ ਜੀ ਨੇ ਆਖਿਆ ਕਿ ਇੱਥੇ ਸਾਰੀ ਦੀ ਸਾਰੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਹੈ ਅਸੀਂ ਇੱਥੇ ਹਰ ਸਾਲ ਇੱਕ ਮੇਲਾ ਮਨਾਉਂਦੇ ਆ ਉਹ ਮੇਲਾ ਮਨਾਉਣ ਵਾਸਤੇ ਇੱਥੇ ਆਏ ਆ ਸਾਡੀ ਸਾਰੀ ਸੰਗਤ ਦੇ ਵਿੱਚ ਕੋਈ ਬਾਗੀ ਨਹੀਂ ਤੋਂ ਕਿਸੇ ਨੇ ਵੇੰ ਪਾਇਆ ਇਹ ਪleqslantt ਉਹਨਾਂ ਨੇ ਕਿਹਾ ਨਹੀਂ ਬਾਬਾ ਜੀ ਸਰਕਾਰ ਦੇ ਤਿੰਨ ਬਾਗੀ ਤੁਹਾਡੇ ਆਸ਼ਰਮ ਵਿੱਚ ਬੈਠੇ ਨੇ ਬਾਬਾ ਜੀ ਨੇ ਕਿਹਾ ਦੱਸੋ ਕੌਣ ਨੇ ਉਹਨਾਂ ਨੇ ਦੱਸਿਆ ਕਿ ਸ਼ਹਿਜ਼ਾਦਾ ਕਸ਼ਮੀਰ ਸਿੰਘ ਇੱਕ ਸ਼ਹਿਜ਼ਾਦਾ ਪਸ਼ੋਰਾ ਸਿੰਘ ਦੋ ਸਰਦਾਰ ਅਤਰ ਸਿੰਘ ਖੰਡਾਵਾਲੀਆ ਤਿੰਨ ਸਰਦਾਰ ਜਵਾਰ ਸਿੰਘ ਜੋ ਹਰੀ ਸਿੰਘ ਨਲਵੇਦਾ ਲੜਕਾ ਹੈ ਉਹ ਵੀ ਤੁਹਾਡੇ ਆਸ਼ਰਮ ਚ ਬੈਠਾ ਹੈ। ਬਾਬਾ ਜੀ ਨੇ ਆਖਿਆ ਉਹ ਸ਼ਰਮ ਕਰੋ। ਮਹਾਰਾਜਾ ਰਣਜੀਤ ਸਿੰਘ ਦੇ ਲਖਤੇ ਜ਼ਿਗਰ ਦੋ ਸਹਿਬਜ਼ਾਦੇ ਕਸ਼ਮੀਰਾ ਸਿੰਘ ਤੇ ਪਸ਼ੋਰਾ ਸਿੰਘ ਸਰਕਾਰ ਦੇ ਬਾਗੀ ਨੇ। ਅਤਰ ਸਿੰਘ ਸੰਧਾ ਵਾਲੀਆ ਮਹਾਰਾਜਾ ਰਣਜੀਤ ਸਿੰਘ ਦਾ ਚਾਚੇ ਦਾ ਪੁੱਤ ਭਰਾ ਖੂਨ ਦਾ ਰਿਸ਼ਤਾ ਇਹ ਸਰਕਾਰ ਦਾ ਬਾਗੀ ਹੈ। ਪਰ ਸਿੱਧ ਜਰਨੈਲ ਹਰੀ ਸਿੰਘ ਨਲਵਾ ਜਿਸ ਨੇ ਸਿੱਖ ਕੌਮ ਦੇ ਸਿੱਖ ਦਰਬਾਰ ਵਾਸਤੇ ਸਿੱਖ ਰਾਜ ਵਾਸਤੇ ਆਪਦੀ ਜਾਨ ਕੁਰਬਾਨ ਕਰ ਦਿੱਤੀ ਉਹਦਾ ਲੜਕਾ ਜਵਾਰ ਸਿੰਘ ਸਰਕਾਰ ਦਾ ਬਾਗੀ ਹੈ ਕਿਹੜੇ ਪਾਸਿਓਂ ਬਾਗੀ ਨਹੀਂ ਬਿਲਕੁਲ ਤੁਹਾਡੀ ਗੱਲ ਗਲਤ ਹੈ ਜੇ ਇਹ ਬਾਗੀ ਵੀ ਮੰਨ ਲੈ ਪਹਿਲੀ ਗੱਲ ਤੇ ਬਾਗੀ ਹੈ ਨਹੀਂ ਲੇਕਿਨ ਜੇ ਇਹਨਾਂ ਨੂੰ ਬਾਗੀ ਵੀ ਤੁਸੀਂ ਮੰਨਦੇ ਹੋ ਪਰ ਇਹ ਐਸ ਵੇਲੇ ਗੁਰੂ ਨਾਨਕ ਦੇਵ ਘਰ ਵਿੱਚ ਸ਼ਰਨ ਵਿੱਚ ਆਏ ਨੇ ਗੁਰੂ ਨਾਨਕ ਦੀ ਸ਼ਰਨ ਆਇਆਂ ਨੂੰ ਅਸੀਂ ਇਹਨਾਂ ਨੂੰ ਤੁਹਾਡੇ ਹਵਾਲੇ ਨਹੀਂ ਕਰ ਸਕਦੇ ਇਹ ਸਾਡੇ ਕੋਲ ਆਪਦੇ ਕੋਲ ਹੀ ਪਾਵਰ ਨਹੀਂ ਨਾ ਹੀ ਇਸ ਕੰਮ ਦੀ ਸਾਨੂੰ ਸਾਡਾ ਧਰਮ ਸਾਡਾ ਗੁਰੂ ਇਜਾਜ਼ਤ ਦਿੰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਕਸ਼ਮੀਰੀ ਪੰਡਤ ਆਏ ਸਨ ਤਾਂ ਗੁਰੂ ਸਾਹਿਬ ਨੇ ਆਪਦਾ ਸੀਸ ਕੁਰਬਾਨ ਕਰਾ ਲਿਆ ਸੀ ਦਿੱਲੀ ਜਾ ਕੇ ਲੇਕਿਨ ਉਹਨਾਂ ਦੀ ਬਾਹ ਫੜੀ ਹੋਈ ਛੱਡੀ ਨਹੀਂ ਸੀ ਇਸ ਕਰਕੇ ਅਸੀਂ ਉਹਨਾਂ ਗੁਰੂ ਸਾਹਿਬਾਨ ਦੇ ਸੇਵਾਦਾਰ ਹਾਂ ਅੱਜ ਜੇ ਇਸ ਆਸ਼ਰਮ ਵਿੱਚ ਸ਼ਰਨ ਲੈ ਕੇ ਆਏ ਬੈਠੇ ਨੇ ਇਹਨਾਂ ਨੂੰ ਮੈਂ ਤੁਹਾਡੇ ਹਵਾਲੇ ਨਹੀਂ ਕਰ ਸਕਦਾ ਇਹ ਮੈਂ ਕਰ ਹੀ ਨਹੀਂ ਸਕਦਾ ਮੇਰੇ ਕੋਲ ਇਹ ਪਾਵਰ ਹੀ ਨਹੀਂ ਮੇਰਾ ਇਹ ਧਰਮ ਮੇਰਾ ਇਹ ਜਮੀਰ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ ਉਹਨਾਂ ਕਿਹਾ ਬਾਬਾ ਜੀ ਇਹਦੀ ਨਤੀਜੇ ਬੜੇ ਭਿਆੰਕਰ ਨਿਕਲਣਗੇ ਉਹਨੇ ਕਿਹਾ ਕੋਈ ਗੱਲ ਨਹੀਂ ਨੇ ਕਿ ਫਿਰ ਡੇਰੇ ਉੱਤੇ ਤੋਫਾਂ ਚਲਾ ਕੇ ਡੇਰਾ ਉਡਾ ਦਿੱਤਾ ਜਾਏਗਾ ਸਮੇਤ ਤੁਹਾਨੂੰ ਉਹਨੇ ਕਿਹਾ ਉਹ ਤੁਸੀਂ ਨਹੀਂ ਕਰ ਸਕਦੇ ਉਹ ਜੇ ਉਸ ਸੱਚੇ ਪਾਤਸ਼ਾਹ ਦਾ ਉਸ ਰੱਬ ਦਾ ਉਸ ਅਕਾਲ ਪੁਰਖ ਦਾ ਜੇ ਭਾਣਾ ਏ ਤੇ ਉਹ ਵਰਤ ਕੇ ਹੀ ਰਹੇ ਨੇ ਉਹ ਤੁਹਾਡੇ ਵੱਸ ਨਹੀਂ ਗਾ ਜੇ ਸਾਡਾ ਸਮਾਂ ਆ ਗਿਆ ਹੈ ਨਾ ਤੇ ਇਹ ਤੁਰ ਦਰਗਾਹ ਆ ਗਿਆ ਹੈ ਇਹ ਤੁਸੀਂ ਤਾਂ ਇੱਕ ਜ਼ਰੀਆ ਬੰਨੇ ਪਰ ਮੈਂ ਕਿਛੇ ਕੀਮਤ ਤੇ ਆਪਦੇ ਹੱਥੀ ਇਸ ਐਡੀ ਵੱਡੀ ਸੰਗਤ ਦੇ ਵਿੱਚ ਇਹਨਾਂ ਚਾਰ ਸਿੰਘਾਂ ਨੂੰ ਤੁਹਾਡੇ ਹਵਾਲੇ ਕਰਕੇ ਆਪ ਦੀ ਸਾਰੇ ਜੀਵਨ ਨੂੰ ਕਲੰਕਿਤ ਨਹੀਂ ਕਰ ਸਕਦਾ ਮੈਂ ਆਪਦਾ ਜੀਵਨ ਸਮਾਪਤ ਕਰ ਸਕਦਾ ਇਹ ਗੱਲ ਸੁਣ ਕੇ ਉਹ ਵਾਪਸ ਪਰਤੇ ਵਾਪਸ ਨਿਕਲਦਿਆਂ ਜੋ ਪਿੱਛੋਂ ਹੀਰਾ ਸਿੰਘ ਵੱਲੋਂ ਉਹਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਸੀ ਇੱਕਦਮ ਚਫੇਰੇ ਡੇਰੇ ਨੂੰ ਫੌਜ ਨੇ ਘੇਰਾ ਪਾਰਿਆ ਆਖਰੀ ਵਾਰ ਫੇਰ ਇਕ ਸਿੰਘ ਨੂੰ ਅੰਦਰ ਭੇਜਿਆ ਕਿ ਬਾਬਾ ਜੀ ਫੌਜ ਨੇ ਡੇਰੇ ਨੂੰ ਘੇਰ ਲਿਆ ਹੈ 120 ਤੋਫਾਂ 500 ਜਮੂਰਚਾ ਤੇ 12 ਪੰਟਲ ਪਲਟਨਾ ਫੌਜ ਦੀਆਂ ਮਸ਼ੀਨ ਗੰਨਾਂ ਲੈ ਕੇ ਇੱਥੇ ਪਹੁੰਚ ਗਈਆਂ ਨੇ ਇੱਥੇ ਗੋੜੀਆਂ ਦਾ ਮੀਂਹ ਵਰਸੇਗਾ ਤੋਫ ਦੇ ਗੋਲਿਆਂ ਦੇ ਵਿੱਚ ਤੁਹਾਡਾ ਇਹ ਡੇਰਾ ਅਕਾਸ਼ ਨੂੰ ਉੱਡ ਜਾਏਗਾ ਇੱਥੇ ਨਾਮੋਂ ਨਿਸ਼ਾਨ ਨਹੀਂ ਬਚੇਗਾ ਇੱਥੇ ਇੱਕ ਘੰਟਾ ਨਹੀਂ ਲੱਗੇਗਾ ਤੁਸੀਂ ਲੱਭੋਗੇ ਨਹੀਂ ਅਜੇ ਵੀ ਵੇਲਾ ਜੇ ਇਹਨਾਂ ਨੂੰ ਸਾਡੇ ਹਵਾਲੇ ਕਰ ਦਿਓ। ਬਾਬਾ ਜੀ ਨੇ ਕਿਹਾ ਕਿਸੇ ਗੱਲ ਦਾ ਪਲੇਖਾ ਨਾ ਰੱਖਿਆ ਜੀ ਅਸੀਂ ਆਖਰੀ ਸਵਾਸ ਤੱਕ ਇਹਨਾਂ ਨੂੰ ਤੁਹਾਡੇ ਹਵਾਲੇ ਨਹੀਂ ਕਰਾਂਗੇ ਜਿੰਨਾ ਚਿਰ ਅਸੀਂ ਜਿੰਦਾਰ ਹਾਂ। ਬਾਬਾ ਜੀ ਕਿ ਉਹ ਫੌਜ ਵਿੱਚੋਂ ਆਏ ਸਨ ਇਹ ਆਪਦੇ ਨੁਰੰਗਾਬਾਦ ਵਾਲੇ ਆਸ਼ਰਮ ਦੇ ਵਿੱਚ ਨੌਜਵਾਨਾਂ ਨੂੰ ਘੋੜ ਸਵਾਰੀ ਨੌਜਵਾਨਾਂ ਨੂੰ ਨੇਜੇ ਬਾਜੀ ਔਰ ਬਾਬਾ ਜੀ ਕੋਲ ਬਕਾਇਦਾ ਇੱਕ ਤੂਫ ਸੀ ਉਹਨਾਂ ਨੂੰ ਗੋਲਾ ਚਲਾਉਣਾ ਵੀ ਸਿਖਾਉਂਦੇ ਸਨ ਤਕਰੀਬਨ ਕਹਿੰਦੇ ਨੇ ਕਿ ਬਾਬਾ ਜੀ ਕੋਲ ਉਸ ਵੇਲੇ ਤਿਆਰ ਪਰ ਤਿਆਰ 200 ਦੇ ਕਰੀਬ ਸ਼ਸ਼ਤਰਧਾਰੀ ਨੌਜਵਾਨ ਹਾਜ਼ਰ ਸੀ उन्होंने बा जी अगे बेनती की बबा जी मर जानो जूझ के मरना इस तो है हुक्म करो अस भी इन्हों हाथ फिर सोके ना जान जो शहीद होवे तो असला कला, कला दस दस मार के शहीद होवे इस करके सू भी हाथ विखा का मौका दो असी तो छेले हाँ असू भी मौका मिले बाबा जी ने कहा ਸਮੁੱਚੀ ਸਾਰੀ ਸੰਗਤ ਨੂੰ ਇਕੱਠਿਆਂ ਕਰਕੇ ਉਸ ਵੇਲੇ ਮੋਠਿਆਂ ਵਾਲੇ ਆਸ਼ਰਮ ਦੇ ਵਿੱਚ ਕਹਿੰਦੇ ਨੇ ਕਿ 5000 ਤੋਂ ਜ਼ਿਆਦਾ ਲੋਕ ਸਨ ਬੀਬੀਆਂ ਬੱਚੇ ਬਹੁਤ ਸਾਰੀਆਂ ਗਾਵਾਂ ਮੱਝਾਂ ਨੁਰੰਗਾ ਬਾਦ ਵਾਲੇ ਡੇਰੇ ਚੋਂ ਜਦੋਂ ਇੱਧਰ ਮੇਲੇ ਵਾ ਲਾਏ ਉੱਥੋਂ ਇੱਧਰ ਆ ਲੈ ਆਏ ਸਨ ਕਿਉਂਕਿ ਡੇਰੇ ਦੇ ਮੇਲੇ ਵਿੱਚ ਦੁੱਧ ਦੀ ਲੋੜ ਪੈਣੀ ਸੀ ਬਹੁਤ ਸਾਰੀਆਂ ਘੋੜੀਆਂ ਊਠ ਜਿਨ੍ਹਾਂ ਦੇ ਮਗਰ ਬੰਨ ਕੇ ਗੱਡੇ ਸਮਾਨ ਆਇਆ ਸੀ ਬਹੁਤ ਸਾਰੇ ਜਾਨਵਰ ਉਹ ਵੀ ਇਸ ਡੇਰੀ ਵਿੱਚ ਆਏ ਸਨ ਡੇਰੀ ਵਿੱਚ ਵੱਧੇ ਹੋਏ ਸਨ ਬਾਬਾ ਜੀ ਨੇ ਸਾਰਿਆਂ ਨੂੰ ਇਕੱਠਿਆਂ ਕਰਕੇ ਇੱਕ ਆਪਦੀ ਮਨੋ ਭਾਵਨਾ ਕੀਤੀ ਉਹਨੇ ਕਿਹਾ ਕਿ ਖਾਲਸਾ ਜੀ ਖਾਲਸੇ ਦਾ ਮਤਲਬ ਹੁੰਦਾ ਹੈ ਬਿਲਕੁਲ ਸਾਫ਼ ਸੁਥਰਾ ਖਾਲਸ ਖਾਲਸ ਇਹ ਮਤਲਬ ਹੈ ਖਾਲਸੀ ਦਾ ਜਿਹਦੇ ਚ ਕੋਈ ਵੀ ਖੋਟ ਨਾ ਹੋਵੇ ਬਿਲਕੁਲ ਪਿਓਰਟੀ ਹੋਵੇ ਉਹਨੂੰ ਕਹਿੰਦੇ ਨੇ ਖਾਲਸਾ ਬਾਬਾ ਜੀ ਨੇ ਸਾਰਿਆਂ ਨੂੰ ਆਖਿਆ ਕਿ ਖਾਲਸਾ ਜੀ ਲੱਗਦਾ ਹੈ ਕਿ ਉਸ ਅਕਾਲ ਪੁਰਖ ਵੱਲੋਂ ਉਸ ਪਰਮਪੂਰਨ ਪਰਮਾਤਮਾ ਵੱਲੋਂ ਉਸ ਪਰਵਰਦੇਗਾਰ ਵੱਲੋਂ ਆਪਣਾ ਸਮਾ ਪੂਰਾ ਹੋ ਗਿਆ ਹੈ ਆਪਾਂ ਸਾਰਿਆਂ ਨੇ ਇਸ ਸਥਾਨ ਤੇ ਸ਼ਹਾਦਤਾਂ ਪ੍ਰਾਪਤ ਕਰ ਜਾਣੀਆਂ ਨੇ ਖਤਮ ਹੋ ਜਾਣਾ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਕੋਈ ਜਾਨ ਬਚਾ ਕੇ ਜਾਣਾ ਚਾਹੁੰਦਾ ਹੈ ਉਹ ਜਾ ਸਕਦਾ ਹੈ ਪਰ ਕੋਈ ਵੀ ਡੇਰੇ ਦੇ ਵਿੱਚੋਂ ਬੰਦਾ ਸ਼ਸਤਰ ਨਹੀਂ ਉਠਾਏਗਾ ਸਾਰੇ ਸ਼ਸਤਰਾਂ ਦਾ ਪਾਸੇ ਤੇ ਟੀਰ ਲਾ ਦਿੱਤਾ ਜਾਏ ਅਸੀਂ ਹੱਥ ਨਹੀਂ ਉਠਾਵਾਂਗੇ ਕਿਉਂਕਿ ਬਾਹਰ ਵੀ ਜਿਹੜੇ ਫੌਜੀ ਜਿਹਨਾਂ ਨੇ ਸਾਨੂੰ ਘੇਰਿਆ ਹੈ ਉਹ ਵੀ ਸਿੱਖ ਰਾਜ ਦੇ ਖਾਲਸਾ ਰਾਜ ਦੇ ਸਿਪਾਹੀ ਨਹੀਂ ਸਾਡੇ ਸਿੱਖ ਸਿਪਾਹੀ ਨੇ ਸਾਡਾ ਆਪਣਾ ਭਾਈਚਾਰਾ ਇਹ ਸਭ ਦੇ ਆਪਣੀ ਪੰਜਾਬੀ ਨਹੀਂ ਸਾਡਾ ਆਪਣਾ ਖੂਨ ਹੈ ਇਸ ਕਰਕੇ ਅਸੀਂ ਉਹਨਾਂ ਉਤੇ ਹੱਥ ਨਹੀਂ ਉਠਾ ਸਕਦੇ ਉਹ ਸਾਡਾ ਕਤਲ ਕਰਨਗੇ ਪਰ ਅਸਾਂ ਨੇ ਉਹਨਾਂ ਦਾ ਗੋਹ ਹੱਥ ਨਹੀਂ ਚੱਕਣਾ ਉਹ ਭੁੱਲੜਗੇ ਭੁੱਲੜ ਨਹੀਂ ਉਹ ਸਰਕਾਰ ਦੇ ਪਾਬੰਦ ਨੇ ਸਰਕਾਰ ਦੇ ਮੁਲਾਜ਼ਮ ਨੇ ਲੇਕਿਨ ਅਸੀਂ ਉਸ ਸੱਚੇ ਪਾਤਸ਼ਾਹ ਦੇ ਮੁਲਾਜ਼ਮ ਆ ਅਸੀਂ ਹੱਥ ਨਹੀਂ ਚੁਣਾਣਾ ਅਸੀਂ ਖੂਨ ਖਰਾਬਾ ਨਹੀਂ ਕਰਨਾ ਐਸ ਵੇਲੇ ਜਿੰਨਾ ਲੰਗਰ ਤਿਆਰ ਏ ਉਹ ਔਰ ਜਿੰਨਾ ਤੁਹਾਡੇ ਕੋਲ ਕੱਚਾ ਰਾਸ਼ਨ ਪਿਆ ਏ ਜਿੰਨਾ ਚੌਲ ਪਏ ਨੇ ਜਿੰਨਾ ਆਟਾ ਪਿਆ ਏ ਜਿੰਨੀਆਂ ਤਾਲਾਂ ਪਈਆਂ ਨੇ ਸਾਰੀਆਂ ਇੱਕਦਮ ਜਿੰਨੇ ਬਰਤਨ ਪਏ ਨੇ ਉਹਨਾਂ ਚ ਪਾ ਕੇ ਵਧੀਆ ਤਰੀਕੇ ਨਾਲ ਧਰ ਦਿਓ ਪਕਾ ਦਿਓ ਲੰਗਰ ਤਿਆਰ ਕਰ ਦਿਓ ਅਸੀਂ ਲੰਗਰ ਨਹੀਂ ਛੱਕ ਸਕਨਾ ਕਿਉਂਕਿ ਸਾਡੇ ਤੇ ਹੁਣੇ ਮੌਤ ਆਇਤ ਹੋ ਜਣੀ ਜਦੋਂ ਹੀ ਸਾਡੇ ਬੁੱਲੜ ਵੀਰ ਸਾਨੂੰ ਚੰਗੀ ਤਰ੍ਹਾਂ ਗੋਲੀਆਂ ਨਾਲ ਵਿੰਨ ਕੇ ਮਾਰ ਕੇ ਖਤਮ ਕਰਕੇ ਇਸ ਡੇਰੇ ਵਿੱਚ ਵੜਨਗੇ ਉਸ ਵੇਲੇ ਤੱਕ ਇਹਨਾਂ ਨੂੰ ਭੁੱਖ ਲੱਗ ਚੁੱਕੀ ਹੋਵੇਗੀ ਕਿਉਂਕਿ ਇਹ ਪਿੱਛੋਂ ਵੀ ਆਏ ਨਹੀਂ ਬੜੀ ਦੂਰੋਂ ਚੱਲ ਗਏ ਇਹਨਾਂ ਨੂੰ ਕੁਝ ਖਾਣ ਨੂੰ ਮਿਲਿਆ ਨਹੀਂ ਉਸ ਵੇਲੇ ਇਹਨਾਂ ਨੂੰ ਅੰਦਰ ਬਹੁਤ ਭੁੱਖ ਲੱਗੀ ਹੋਵੇਗੀ ਤੇ ਇਹਨਾਂ ਆਪਣਿਆਂ ਵੀਰਾਂ ਨੂੰ ਅੰਦਰ ਸਾਡੇ ਭਾਂਡਿਆਂ ਵਿੱਚ ਪੱਕਿਆ ਪਕਾਇਆ ਵਧੀਆ ਰਾਸ਼ਨ ਲੰਗਰ ਮਿਲੇ ਇਹ ਖਾ ਕੇ ਖੁਸ਼ ਹੋ ਸਾਡੇ ਤੇ ਉਸ ਰੱਬ ਦਾ ਭਾਣਾ ਜਿਸਨਾਂ ਵੀ ਵਾਪਰੇਗਾ ਉਹ ਵਾਪਰੇ ਦਿਓ ਇਹ ਕਹੇ ਕਿ ਬਾਬਾ ਜੀ ਬਰਾਂਡੇ ਦੇ ਵਿੱਚ ਗੁਰਗੰਨ ਸਾਹਿਬ ਦੀ ਤਾਬਿਆ ਇੱਕ ਸਟੇਜ ਦੇ ਉੱਤੇ ਗੁਰਗੰਨ ਸਾਹਿਬ ਪਾਲਕੀ ਸਾਹਿਬ ਦੇ ਵਿੱਚ ਸਨ ਤੇ ਉਹਦੇ ਮਗਰ ਇੱਕ ਛੋਟਾ ਜਿਹਾ ਪਲੰਗਾ ਉਹਨੂੰ ਕਿਹਾ ਜਾਂਦਾ ਹੈ ਉਹਦੇ ਉੱਤੇ ਬਾਬਾ ਜੀ ਬੈਠੇ ਗੁਰਗੰਨ ਸਾਹਿਬ ਜੀ ਦੇ ਉੱਤੇ ਚੌਰ ਕਰ ਰਹੇ ਸਨ ਨਾਲ-ਨਾਲ ਉਹਨਾਂ ਨੇ ਕਥਾ ਦਾ ਪ੍ਰਵਾਹ ਔਰ ਉਹ ਕੁਸ਼ ਗੁਰਬਾਨੀ ਦੀ ਵਿਆਖਿਆ ਕਰ ਰਹੇ ਸਨ ਮਨੁੱਖ ਨੇ ਕਿਹਾ ਕਿ ਜਿੰਨੀਆਂ ਬੀਬੀਆਂ ਬੱਚੇ ਲੰਗਰ ਵਿੱਚ ਲੱਗਣਾ ਹੈ ਉਹ ਲੰਗਰ ਦੀ ਸੇਵਾ 'ਚ ਲੱਗ ਜਾਓ ਜਿਹੜੇ ਬਾਕੀ ਨੇ ਉਹ ਸਾਰੇ ਸੰਗਤ ਵਿੱਚ ਚੌਂਕੜੇ ਮਾਰ ਕੇ ਬੈਠ ਜਾਓ। ਔਰ ਜਪਜੀ ਸਾਹਿਬ ਦਾ ਪਾਠ ਆਰੰਭ ਕਰਦੋ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਪ ਸਾਹਿਬ ਰਹਿ ਰਾਸ ਸਾਹਿਬ ਅਨੰਦ ਸਾਹਿਬ ਜਪਜੀ ਸਾਹਿਬ ਇਸ ਤਰ੍ਹਾਂ ਦੇ ਪਾਠ ਨੇ। ਜਪਜੀ ਸਾਹਿਬ ਅਸਲ ਵਿੱਚ ਇਹਦਾ ਇਹ ਕਿ ਮਨ ਜੀਵ ਮੇਰੇ ਵਿਆਪ ਜੀ ਸਾਹਿਬ ਐ ਮੇਰੇ ਮਨ ਐ ਮੇਰੇ ਜੀ ਉਸ ਸਾਹਿਬ ਦੀ ਅਰਦਾਸਨਾ ਕਰ ਉਹਦਾ ਨਾਮ ਜਪ ਉਹਦੀ ਭਗਤੀ ਕਰ ਉਹਦੀ ਤਪਸੀਆ ਕਰ Jap ਜੀ ਜੀ ਉਹਦੇ ਹਿਰਦੇ ਨੂੰ ਉਹਦੇ ਦਿਲ ਨੂੰ ਕਿਹਾ ਗਿਆ Jap ਮੈਨੇ ਅਰਦਾਸਨਾ ਕਰਨੀ ਜਪਜੀ ਸਾਹਿਬ ਸਾਹਿਬ ਕੌਣ ਹੈ ਇਸ ਸ੍ਰਿਸ਼ਟੀ ਦਾ ਮਾਲਕ ਇਸ ਸ੍ਰਿਸ਼ਟੀ ਦਾ ਸਿਰਜਣਹਾਰ ਪਾਣੀ ਅਸੀਂ ਵੱਖ-ਵੱਖ ਧਰਮਾਂ ਦੇ ਰੂਪ ਵਿੱਚ ਉਹਦੇ ਵੱਖ-ਵੱਖ ਨਾਮ ਰੱਖੇ ਹੋਏ ਨੇ ਪਰ ਹੈ ਉਹ ਇੱਕ ਉਹ ਇੱਕ ਪਰਿਪੂਰਨ ਪਰਮਾਤਮਾ ਜਿਨੇ ਇਸ ਦੁਨੀਆ ਨੂੰ ਬਣਾਇਆ ਹੈ ਇਸ ਲਈ ਜਪਜੀ ਸਾਹਿਬ ਉਸ ਪਾਣੀ ਦਾ ਨਾਮ ਹੈ ਉਸ ਪਾਣੀ ਦੀ ਅਰੰਭਤਾ ਸ਼ੁਰੂ ਹੋਈ ਦੂਜੇ ਪਾਸੇ ਦੁਸ਼ਮਣਾਂ ਨੇ ਗੋਲਿਆਂ ਨੂੰ ਅੱਗ ਬਖਾਈ ਤੇ ਗੋਲੇ ਡਿੱਗਨੇ ਸ਼ੁਰੂ ਹੋਏ ਕਹਿੰਦੇ ਨੇ ਪਹਿਲੇ ਐਂਗਲ ਦੇ ਤੋਪਾਂ ਦੇ ਮੂੰਹ ਉੱਚੇ ਕਰਕੇ ਗੋਲੇ ਵਿਚਲੇ ਵੇੜੇ ਤੋਂ ਪਾਰ ਹੋ ਕੇ ਪਿਛਲੇ ਵੇੜੇ 'ਚ ਜਦੋਂ ਡਿੱਗੇ ਜਿੱਥੇ ਗਾਵਾਂ ਮੱਝਾਂ ਘੋੜੀਆਂ ਬਧੀਆਂ ਸਨ ਉਹਨਾਂ ਗਾਵਾਂ ਮੱਝਾਂ ਦੇ ਘੋੜਿਆਂ ਦੇ ਉੱਠਾਂ ਦੇ ਹਾਥੀਆਂ ਦੇ ਚੀਥੜੇ ਉੱਡ ਗਏ ਉਸ ਤੋਂ ਬਾਦ ਉਹਨਾਂ ਤੋਂ ਤਾਂਫਾਂ ਦੇ ਮੂੰਹ ਨਵਾਏ ਤੇ ਪੌੜੀਆਂ ਲਾ ਕੇ ਚੜ ਕੇ ਬਾਬਾ ਜੀ ਦੇ ਜਫੇਰੇ ਕੰਧਾਂ ਉਤੋਂ ਉਹਨਾਂ ਨੇ ਅੰਦਰ ਵਾਰ ਕਹਿੰਦੇ ਨੇ ਜਲਿਆਂ ਦੇ ਬਾਗ ਬਖੂ ਗੋਲੀ ਵਰਾ ਮੀਂਹ ਵਰਾ ਦਿੱਤਾ ਜਵਜੀਤ ਸਾਹਿਬ ਦਾ ਪਾਠ ਕਰਦੇ ਕਰਦੇ ਸਿੰਘ ਸ਼ਹਾਦਤ ਦੇ ਜਾਮ ਪੀਂਦੇ ਤੁਰੇ ਗਏ ਉਹਨਾਂ ਨੇ ਨਹੀਂ ਵੇਖਿਆ ਕਿ ਬੀਬੀਆਂ ਬੈਠੀਆਂ ਨੇ ਕੋ ਬੱਚੇ ਬੈਠੇ ਨੇ ਕੋ ਸਿੰਘ ਬੈਠੇ ਨੇ ਕੋ ਬਿਰਤ ਬੈਠੇ ਨੇ ਕੋ ਜਵਾਨ ਬੈਠੇ ਨੇ ਗੋਲੀਆਂ ਦਾ ਮੀਂਹ ਬਰਾਕੇ ਰੱਖਦੇ। ਸਾਹਮਣੇ ਕੰਧਾਂ ਤੇ ਖੜੋਤੇ ਹੋਏ ਫੌਜੀ ਸਾਹਮਣੇ ਗੁਰੂ ਗਰੰਥ ਸਾਹਿਬ ਦੀ ਤਾਬਿਆ ਤੇ ਬੈਠੇ ਬਾਬਾ ਜੀ ਨੂੰ ਵੇਖ ਕੇ ਚੱਕਦੇ ਸਨ। ਉਹ ਬਾਬਾ ਜੀ ਨੂੰ ਸਿੱਧੀ ਗੋਲੀ ਨਹੀਂ ਸਨ ਮਾਰਦੇ। ਲੇਕਿਨ ਸੰਗਤਾਂ ਉੱਤੇ ਗੋਲੀਆਂ ਦਾ ਮੀਂਹ ਬਰਾ ਰਹੇ ਸਨ। ਖੱਲ੍ਹੇੋਂ ਜ਼ਮੀਨ ਤੋਂ ਚਲਦੀਆਂ ਤੋਫਾਂ ਦੇ ਗੋਲੇ ਡੇਰੇ 'ਚ ਡਿੱਗਦੇ ਸਨ। ਜਿਹੜਾ ਗੋਲਾ ਡਿੱਗਦਾ ਸੀ ਉਹ ਕਮਰਿਆਂ ਦੀਆਂ ਉਡਾ ਦਿੰਦਾ ਸੀ ਕਿਤੇ ਮੱਝਾਂ گاਵਾ ਉਡਾ ਦਿੰਦਾ ਸੀ ਕਿਤੇ ਬੈਠੇ ਸਿੰਘਾਂ ਤੇ ਡਿੱਗਦਾ ਸੀ ਉਹਨਾਂ ਨੂੰ ਉਡਾ ਦਿੰਦਾ ਸੀ ਇਸ ਤਰ੍ਹਾਂ ਕਰਦਿਆਂ ਕਰਦਿਆਂ ਕਹਿੰਦੇ ਨੇ ਕਿ ਇੱਕ ਗੋਲਾ ਆ ਕੇ ਬਾਬਾ ਜੀ ਦੇ ਵੀ ਕੋਲ ਡਿੱਗਿਆ ਜਿਹਦੇ ਨਾਲ ਬਾਬਾ ਜੀ ਦੀ ਇੱਕ ਲੱਤ ਨਾਲੋਂ ਕੱਟੀ ਗਈ ਤੇ ਬਾਬਾ ਜੀ ਬੇਹੋਸ਼ ਹੋ ਗਏ ਬਾਬਾ ਜੀ ਨੇ ਆਪ ਦੇ ਜਿਹੜੇ ਗਲੋਬਾਈਸਨ ਕਿਸਨ ਜਿਹੜੀ ਉਹਨਾਂ ਦੇ 26 ਕਹਿੰਦੇ ਸੰਗਤ ਵਿੱਚ ਰਹਿਣ ਵਾਲੇ ਪੱਕੇ ਸੇਵਕ ਸਨ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਅਸੀਂ ਜਦੋਂ ਚੜ੍ਹਾਈ ਕਰ ਜਾਈਏ ਅਸੀਂ ਜਦੋਂ ਗੁਰਪੁਰੀ ਕਾਇਨਾ ਕਰ ਜਾਈਏ ਸਾਡਾ ਜਦੋਂ ਇੰਤਕਾਲ ਹੋ ਜਾਏ ਸਾਡੀ ਜਦੋਂ ਮੌਤ ਹੋ ਜਾਵੇ ਜਦੋਂ ਅਸੀਂ ਰੁਖਸਤ ਹੋ ਜਾਈਏ ਇਸ ਪਲਗੇ ਸਮੇਂ ਤੇ ਇਹ ਨਾਲ ਕਿਉਂਕਿ ਬਿਲਕੁਲ ਮੁੱਠਿਆਂ ਵਾਲੇ ਡੇਰੇ ਦੇ ਨਾਲ ਸਤਲੁਜ ਦਰਿਆ ਬੜੇ ਜ਼ੋਰ ਨਾਲ ਵਗਦਾ ਸੀ ਉਹਨੇ ਕਿਹਾ ਕਿ ਹੁਣ ਇੰਨਾ ਸਮਾਂ ਨਹੀਂ ਹੈ ਸਿੰਘਾਂ ਕੋਲ ਮਿਲੇਗਾ ਕਿ ਉਹ ਸੰਸਕਾਰ ਕਰ ਸਕਣ ਤੋ ਸਾਡਾ ਇਹ ਪਲੀਆਂ ਚੁੱਕ ਕੇ ਇਸ ਦਰਿਆ ਵਿੱਚ ਵਹਾ ਦਿੱਤਾ ਜਾਏ ਸਾਨੂੰ ਦਰਿਆ ਬਰਦਾ ਕਰ ਦਿੱਤਾ ਜਾਏ ਸਾਨੂੰ ਦਰਿਆ ਦੇ ਹਵਾਲੇ ਕਰ ਦਿੱਤਾ ਜਾਏ ਜਦੋਂ ਨਾਲਦਿਆਂ ਸਿੰਘਾਂ ਨੇ ਵੇਖਿਆ ਉਹ ਬਾਬਾ ਜੀ ਚੜਾਈ ਕਰ ਚੁੱਕੇ ਨੇ ਬਾਬਾ ਜੀ ਸਮਾਪਤ ਹੋ ਚੁੱਕੇ ਨੇ ਉਹ ਨਾਮ ਨਾਲ ਰੰਗੀ ਹੋਈ ਰੂਹ ਉਹ ਰੱਬ ਦਾ ਪਿਆਰਾ ਇਸ ਦੁਨੀਆ ਤੋਂ ਰੁਖਸਤ ਹੋ ਚੁੱਕਾ ਹੈ ਉਹ ਇਸ ਦੁਨੀਆ ਤੋਂ ਜਾ ਚੁੱਕਾ ਹੈ ਜ਼ਿੰਦਗੀ ਦਾ ਦੀਵਾ ਬੁਝ ਗਿਆ ਹੈ ਤੇ ਉਹਨਾਂ ਨੇ ਚੋਂ ਪਾਸੇ ਤੋਂ ਉਸ ਪਲੰਗੇ ਨੂੰ ਚੱਕਿਆ ਅੱਗੇ ਜਾ ਕੇ ਬੀੜੀ ਜਾਨੀ ਵਗਦੀ ਹੋਈ ਤੀਝ ਬਹਾਵ ਵਿੱਚ ਨਮਸਕਾਰ ਕਰਕੇ ਬਾਬਾ ਜੀ ਦਾ ਪਾਣੀ ਕੇ ਬਲਗਾ ਛੱਡ ਦਿੱਤਾ ਅਰਦਾਸ ਕਰ ਦਿੱਤੀ ਸੱਚੇ ਪਾਤਸ਼ਾਹ ਇਹਨਾਂ ਨੂੰ ਆਪਣੇ ਚਰਨਾਂ ਚ ਸਤੰਭ ਔਰ ਬਾਕੀ ਦੇ ਤਕਰੀਬਨ ਬਹੁ ਗਿਣਤੀ ਸਿੰਘਾਂ ਦੀ ਉਹ ਉੱਥੇ ਮਾਰੇ ਗਏ ਔਰ ਜਦੋਂ ਸਾਰਿਆਂ ਨੂੰ ਖਤਮ ਕਰਕੇ ਦਰਵਾਜ਼ੇ ਤੋੜ ਕੇ ਫੌਜ ਅੰਦਰ ਵੜੀ ਕੰਨਾਂ ਤੇ ਖਰੋਤੀਆਂ ਨੇ ਜਦੋਂ ਦੱਸਿਆ ਕਿ ਛਾਰੇ ਖਤਮ ਹੋ ਗਏ ਨੇ ਛਲਾਂਗਾ ਵਿੱਚ ਮਾਰੀਆਂ ਤੇ ਉਸ ਵੇਲੇ ਵਾਕਿਆ ਹੀ ਬਾਬਾ ਜੀ ਦੇ ਬਚਨਾਂ ਮੁਤਾਬਕ ਉਹਨਾਂ ਨੂੰ ਬੜੀ ਭੁੱਖ ਲੱਗੀ ਹੋਈ ਸੀ ਕਿਉਂਕਿ ਰਾਤ ਉਂ ਰਾਤ ਫੌਜ ਆ ਕੇ ਪਿੰਡ ਨੂੰ ਘੇਰ ਕੇ ਬਹਿ ਗਈ ਸੀ ਅਜੇ ਰਾਤ ਵੀ ਉਹਨਾਂ ਨੂੰ ਖਾਣ ਦਾ ਕੋਈ ਪ੍ਰਬੰਧ ਨਹੀਂ ਸੀ ਹੋਇਆ ਕਿਉਂਕਿ ਜੇ ਉਹ ਪ੍ਰਬੰਧ ਕਰਦੇ ਤੇ ਪਿੰਡਾਂ ਵਾਲਿਆਂ ਨੂੰ ਕਹਿੰਦੇ ਤੇ ਪਿੰਡਾਂ 'ਚੋਂ ਬਾਬਾ ਜੀ ਤੱਕਰ ਗੱਲ ਚਲੀ ਜਾਣੀ ਸੀ ਤੇ ਉਹਨਾਂ ਨੂੰ ਇਹ ਖਤਰਾ ਸੀ ਕਿ ਬਾਬਾ ਜੀ ਦੇ ਹੱਕ ਵਿੱਚ ਪਿੰਡਾਂ ਦੇ ਪਿੰਡ ਲੋਕ ਨੇ ਜੇ ਇਹ ਸਾਡੇ ਖਿਲਾਫ ਹੋ ਗਏ ਤੇ ਸਾਨੂੰ ਇਥੋਂ ਭੱਜਣਾ ਵੀ ਔਖਾ ਹੋ ਜਾਏਗਾ ਇਸ ਕਰਕੇ ਇਹ ਪੇਜ ਰੱਖਣ ਵਾਸਤੇ ਉਹਨਾਂ ਨੇ ਫੌਜ ਲਾਤਾਂ ਦਿੱਤੀ ਪਰ ਪਿੰਡਾਂ ਵਿੱਚੋਂ ਕੁਝ ਖਾਣ ਨੂੰ ਨਹੀਂ ਬੰਗਿਆ ਨਾਲ ਉਹ ਵੀ ਕੋ ਬਹੁਤਾ ਸੰਭਾਲਾ ਲੈ ਕੇ ਨਹੀਂ ਸਨ ਆਏ ਸਾਰੀ ਰਾਤ ਵੀ ਭੁੱਖੇयां गुज़ारी ਤੇ ਦਿਨ ਦੇ ਚੜਾ ਵਿੱਚ ਆ ਕੇ ਜਦੋਂ ਫੇਰ ਗੱਲਾਂ ਪਤਾ ਹੋਈਆਂ ਕਿ ਪਿਛਲੇ ਇੱਕ ਪੈਰ ਜਾ ਕੇ ਇਹ ਗੱਲ ਜੰਗ ਸ਼ੁਰੂ ਹੋਈ ਉਦੋਂ ਤੱਕ ਖਾਨ ਨੂੰ ਕੁਝ ਵੀ ਨਾ ਮਿਲਿਆ ਜਦੋਂ ਉਹ ਬੜੇ तकरीबन 2 ਕੁ ਘੰਟਿਆਂ ਦੇ ਵਿੱਚ ਕਹਿੰਦੇ ਨੇ ਕਿ ਉਹਨਾਂ ਨੇ ਉਹਦਾ ਕੰਮ ਮੁਕਾ ਲਿਆ ਇੱਕ ਸੰਤ ਦੇ ਡੇਰੇ ਉੱਤੇ ਇੱਕ ਸਾਧ ਦੇ ਡੇਰੇ ਉੱਤੇ ਤੋਪਾਂ 120 ਚਲਾ ਕੇ ਕਿੰਨਾ ਕੁ ਟਾਈਮ ਲੱਗਣਾ ਸੀ ਫਿਰ ਉਸ ਵੇਲੇ ਜਦੋਂ ਕੋਈ ਸਾਹਮਣੂ ਮੁਕਾਬਲਾ ਕਰਨ ਵਾਲਾ ਨਾ ਹੋਵੇ ਉੱਥੇ ਕੁ ਟਾਈਮ ਲੱਗਦਾ ਹੈ ਇੱਕ ਤਰਫਾ ਗੋਲੀ ਚਲਣੀ ਹੋਵੇ ਤੇ ਉੱਥੇ ਬੜਾ ਥੋੜਾ ਟਾਈਮ ਲੱਗਦਾ ਜਲਿਆਂ ਵਾਲੇ ਬਾਗ ਦੇ ਵਿੱਚ ਉਹਨਾਂ ਨੇ ਸਿਰਫ 10 ਮਿੰਟ ਗੋਲੀ ਚਲਾਈ ਸੀ 1000 ਦੇ ਕਰੀਬ ਬੰਦਾ ਮਾਰ ਦਿੱਤਾ ਸੀ 10 ਮਿੰਟਾਂ 'ਚ ਡਗੜ ਡਗੜ ਕਰਦੀ ਫੌਜ ਬਾਹਰ ਚਲੀ ਗਈ ਇਹਨਾਂ ਨੇ 2 ਘੰਟਿਆਂ ਦੇ ਵਿੱਚ ਇਹ ਉਹਦਾ ਆਪਰੇਸ਼ਨ ਪੂਰਾ ਕੀਤਾ ਲੋ ਲੋਹਾਨ ਹੋਈ ਧਰਤੀ ਜਦੋਂ ਅੰਦਰ ਵੱਡੇ ਲੋਹ ਮੇਜ ਨਾਲ ਭਰੀ ਜਿੱਥੇ ਪੈਰ ਰੱਖਦੇ ਸਨ ਉਹ ਕਿਸੇ ਦੇ ਸਿਰ ਉੱਤੇ ਕਿਸੇ ਦੀ ਬਾਹ ਉੱਤੇ ਕਿਸੇ ਦੀ ਲੱਤ ਉੱਤੇ ਰਖਿੰਦਾ ਸੀ ਅਗਾ ਨજર ਪਈ ਵੱਡੇ ਵੱਡੇ ਬਤੀਲੇ ਟਕੇ ਪਏ ਨੇ ਦੇਗਾਂ ਬਣੀਆਂ ਹੋਈਆਂ ਨੇ ਜਦੋਂ ਉਹਨਾਂ ਦੇਗਾਂ ਨੂੰ ਖੋਲ ਕੇ ਵੇਖਿਆ ਕਿਸੇ ਦੇਗ ਵਿੱਚ ਜਰਦਾ ਹੈ ਕਿਸੇ ਦੇਗ ਵਿੱਚ ਮਿੱਠੇ ਚੌਲ ਬਣੇ ਹੋਏ ਨੇ ਤਿਆਰ ਹੋਏ ਨੇ ਕਿਸੇ ਦੇਗ ਵਿੱਚ ਲੂਣ ਵਾਲੇ ਚੌਲ ਨਹੀਂ ਤਿਆਰ ਨੇ ਕਿਸੇ ਦੇਗ ਵਿੱਚ ਦਾਲਾਂ ਤਿਆਰ ਨਹੀਂ ਟੋਕਰਿਆਂ ਦੇ ਵਿੱਚ ਪ੍ਰਸ਼ਾਦੇ ਤਿਆਰ ਕਰਕੇ ਬੀਬੀਆਂ ਨੇ ਉੱਤੇ ਜਿੱਥੇ ਕੱਪੜੇ ਪਾ ਕੇ ਬੜੇ ਸੁਚੱਜੇ ਤਰੀਕੇ ਨਾਲ ਟਕਿਆ ਹੋਇਆ ਹੈ ਸਬਜ਼ੀਆਂ ਪਾ ਲਈਆਂ ਤਿਆਰ ਨਹੀਂ ਦਵਾ ਦਬ ਫੌਜ ਲੈਣਾ ਲਾ ਕੇ ਬੈਠੀ ਤੇ ਫੌਜੀਆਂ ਨੇ ਫੜ ਕੇ ਉਹ ਸਮਾਨ ਵਰਤਾਇਆ ਤੇ ਛਕਿਆ ਛਕਣ ਤੋਂ ਬਾਅਦ ਕਹਿੰਦੇ ਨੇ ਕਿ ਜਦੋਂ ਭੁੱਖ ਮਿੱਠੀ ਨਾ ਤੇ ਵੇਖਿਆ ਤੇ ਇਥੇ ਉਹਨਾਂ ਵੀਰਾਂ ਦੇ ਜਦੋਂ ਸਿਰ ਪਏ ਵੇਖੇ ਹੱਥ ਪਏ ਵੇਖੇ ਤੇ ਪੌਧੀ ਕੰਦੇ ਨਕੇ ਇੱਕ ਦੂਜੇ ਦੇ ਗਲ ਲੱਗ ਲੱਗੇ ਸ਼ਮ ਸ਼ਮ ਰੋਏ ਸ਼ਾਮ ਦੇ 5 ਵਜੇ ਕੁਦਰਤ ਦਾ ਐਸ਼ਾ ਪਾਣਾ ਹੋਇਆ ਇੱਕ ਬਹੁਤ ਵੱਡੀ ਖੂਨੀ ਹਨੇਰੀ ਚੜੀ ਬਹੁਤ ਵੱਡਾ ਇੱਕ ਹਨੇਰ ਆਇਆ بارش ਆਈ ਬਹੁਤ ਜਬਰਦਸਤ ਗੜਿਆਂ ਦੀ ਵਰਖਾ ਹੋਈ ਲੋਕਾਂ ਨੇ ਭੱਜ ਕੇ ਉਹਦਾ ਬਚਾ ਕੀਤਾ ਔਰ ਉਹਨਾਂ ਫੌਜੀਆ ਨੇ ਉਹਨਾਂ ਟੁੱਟੀਆਂ ਟੱਠੀਆਂ ਉਹਨਾਂ ਬਾਬੇ ਦੇ ਕਮਰਿਆਂ ਵਿੱਚ ਲੰਦਾਂ ਨਾਲ ਲਾ ਕੇ ਉਹ ਟਾਈਮ ਕੱਟਿਆ ਤੇ ਰੱਬ ਰੱਬ ਕੀਤੀ ਵੀ ਸਾਡੇ ਹੱਥੋਂ ਜ਼ੁਲਮ ਹੋਇਆ ਤੇ ਰੱਬ ਸਾਨੂੰ ਬਖਸ਼ ਲਵੇ ਅਸੀਂ ਆਪ ਨਹੀਂ ਕੀਤਾ ਸਾਡੇ ਕੋਲ ਕਰਵਾਇਆ ਗਿਆ ਕਿਉਂਕਿ ਦੋ ਵੱਡੇ ਕਮਾਂਡਰ ਇੱਕ ਹੀਰਾ ਸਿੰਘ ਡੋਗਰੇ ਦਾ ਚਾਚੇ ਦਾ ਪੁੱਤ ਭਰਾ ਲਾਭ ਸਿੰਘ ਡੋਗਰਾ ਤੇ ਇੱਕ ਹੀਰਾ ਸਿੰਘ ਦਾ ਵਿਸ਼ਵਾਸਪਾਤਰ ਜਰਨੈਲ ਗੁਲਾਬ ਚੰਦ ਕਲਕੱਤੀਆ ਇਹ ਦੋ ਕਮਾਂਡ ਕਰ ਰਹੇ ਸਨ ਬੜੇ ਜ਼ਾਲਮ ਦਿਲ ਬੰਦੇ ਸਨ ਇਹਨਾਂ ਨੇ ਉਦੋਂ ਤੱਕ ਗੋਲੇਬਾਰੀ ਬੰਦ ਨਹੀਂ ਹੋਣਦੀ ਜਿੰਨੋਂ ਤੱਕ ਇੱਕ ਵੀ ਬੰਦਾ ਦੇਰੀ ਦੇ ਆਸ਼ਰਮ ਦੇ ਅੰਦਰ ਬਚ ਨਹੀਂ ਖਤਮ ਨਹੀਂ ਹੋ ਗਿਆ ਅਗਲੇ ਦਿਨ ਜਦੋਂ ਸੰਗਤਾਂ ਨੂੰ ਪਤਾ ਲੱਗਾ ਪੂਰੇ ਸਮੂੱਚੇ ਇਲਾਕੇ 'ਚ ਹਾਹਾਕਾਰ ਫੈਲ ਗਈ ਫੌਜ ਡਗੜ ਡਗੜ ਕਰਦੀ ਘੋੜਿਆਂ ਤੇ ਬੈ ਕੇ ਇੱਕਦਮ ਉਥੋਂ ਜਾਨਾਂ ਬਚਾ ਕੇ ਭੱਜ ਗਈ ਤੇ ਲਾਹੌਰ ਪਹੁੰਚ ਕੇ ਤੇ ਜਾ ਕੇ ਜਦੋਂ ਰਿਪੋਰਟਾਂ ਦਿੱਤੀਆਂ ਹੀਰਾ ਸਿੰਘ ਨੂੰ ਚਾ ਚੜ ਗਿਆ ਕਿ ਲਓ ਜੀ ਮੇਰੇ ਤਿੰਨੇ ਦੁਸ਼ਮਣ ਮਾਰੇ ਗਏ ਤੇ ਹਰੋਨਮੇ ਅਸਲ ਵਿੱਚ ਆਪਦੇ ਰਾਜ ਸੰਗਤ ਸੰਤੇ ਉੱਤੇ ਪੂਰੀ ਤਰ੍ਹਾਂ ਕਾਬੂ ਹੋਇਆ ਕਿਉਂਕਿ ਹੀਰਾ ਸਿੰਘ ਉਹਦਾ ਸਲਾਹਕਾਰ ਸੀ ਜੱਲਾ ਪੰਡਤ ਉਹਨੂੰ ਇੰਨਾ ਕ ਹੰਕਾਰ ਸੀ ਉਹ ਕਹਿੰਦਾ ਸੀ ਉੱਪਰ ਦੁਨੀਆਂ ਦੇ ਉੱਪਰ ਅੱਲਾ ਤੇ ਥੱਲੇ ਜੱਲਾ ਬਾਕੀ ਸਭ ਐਵੇਂ ਨੇ ਜਦੋਂ ਇਹ ਖਬਰਾਂ ਮਾਹ ਰਾਣੀ ਜਿੰਦਕੌਰਾਂ ਕੋ ਗਈਆਂ ਮਹਾਰਾਣੀ ਜਿੰਦਕੋਰਾ ਦੇ ਉਸ ਵੇਲੇ ਸਲਾਹਕਾਰ ਸਨ ਸਰਦਾਰ ਸ਼ਾਮ ਸਿੰਘ اٹਾਰੀ ਵਾਲੇ ਕਿਉਂਕਿ ਸਰਦਾਰ ਸ਼ਾਮ ਸਿੰਘ اٹਾਰੀ ਵਾਲੇ ਦੀ ਸਤਕਾਰਯੁਗ ਪਿਤਾ ਜੀ ਸਨ ਸਰਦਾਰ ਨਿਹਾਲ ਸਿੰਘ ਆਟਾਰੀ ਜਿਨ੍ਹਾਂ ਦੀ ਫੌਜੀ ਪੁੱਛ ਬਾਬਾ ਵੀਰ ਸਿੰਘ ਦੇ ਸਤਕਾਰਯੁਗ ਪਿਤਾ ਜੀ ਸਰਦਾਰ ਸੇਵਾ ਸਿੰਘ ਜੀ ਬਤੌਰ ਫੌਜੀ ਸੇਵਾ ਨਿਭਾਉਂਦੇ ਸ਼ਹੀਦ ਹੋਏ ਸਨ ਤੇ ਆਪਦੇ ਬਾਪ ਦੀ شہادت ਤੋਂ ਬਾਅਦ ਉਸੇ ਥਾਂ ਉੱਤੇ ਹੀ ਬਾਬਾ ਵੀਰ ਸਿੰਘ ਵਰੀ ਵੀ ਭਰਤੀ ਹੋਏ ਸਨ ਔਰ ਉਹ ਇਹ ਏਟਾਰੀ ਵਾਲਿਆਂ ਦੀ ਕਮਾਂਡ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਸਰਦਾਰ ਸ਼ਾਮ ਸਿੰਘ ਹੋਰਾਂ ਦੀ ਵੀ ਕਮਾਂਡ ਵੇਖੀ ਤੇ ਦੂਰੀ ਖਬਰ ਦੂਰ ਗਈ ਕਿ ਇੱਕ ਪੂਰਨ ਸੰਤ ਨੂੰ ਇਦੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ ਇਹਦੇ ਨਾਲ ਪੂਰਾ ਪੰਜਾਬ ਹਿੱਲ ਗਿਆ ਮਹਾਰਾਣੀ ਜਿੰਦਾ ਕੋਲ ਜਦੋਂ ਇਹ ਖਬਰਾਂ ਗਈਆਂ ਅਕਸਰ ਉਹ ਇੱਕ ਬਾਦਸ਼ਾਹ ਦੀ ਮਾਂ ਸੀ ਉਹਦਾ ਪੁੱਤਰ ਨਰੀਪ ਸਿੰਘ ਉਸ ਵੇਲੇ ਤਖਤ ਉੱਤੇ ਬਾਦਸ਼ਾਹ ਸੀ ਉਹਦਾ ਹੁਕਮ ਚੱਲਦਾ ਸੀ ਬਤੌਰ ਗਾਡੀ ਨੂੰ ਉਹਦੇ ਹੁਕਮ ਉਹ ਉਹਦੇ ਤੇ ਕਮਾਂਡ ਕਰਦੀ ਸੀ ਉਹਦਾ ਸਲਾਹਕਾਰ ਸਰਦਾਰ ਸ਼ਾਮ ਸਿੰਘ ਸੀ ਸਰਦਾਰ ਸ਼ਾਮ ਸਿੰਘ ਨੇ ਬਹੁਤ ਛੇਤੀ ਇੱਕ ਖਤ ਤਿਆਰ ਕਰਕੇ ਮਹਾਰਾਜਾ ਨਰੀਪ ਸਿੰਘ ਦੇ ਸ਼ੈਨ ਕਰਾ ਕੇ ਇੱਕ ਕੋਟ ਸਵਾਰ ਰਾਹੀਂ ਹੀਰਾ ਸਿੰਘ ਨੂੰ ਭੇਜਿਆ ਉਸਨੇ ਕਿਹਾ ਕਿ ਤੁਸੀਂ ਜੱਲ੍ਹੇ ਪੰਡਤ ਦੇ ਰਾਹੀਂ ਸਾਧਾ ਸੰਤਾਂ ਦਾ ਬੜਾ ਖਤਰੀਆਮ ਕੀਤਾ ਜਿਹਦੇ ਨਾਲ ਸਮੁੱਚਾ ਪੰਜਾਬ ਤੇ ਸਾਰੀ ਖਾਲਸਾ ਫੌਜ ਪੜਕ ਉੱਠੀ ਏ ਹੁਣ ਤੁਸੀਂ ਇਸ ਤਰ੍ਹਾਂ ਕਰੋ ਕਿ ਜੱਲ੍ਹੇ ਪੰਡਤ ਸਾਡੇ ਖਵਾਲੇ ਕਰ ਦਿਓ ਉਹਨੂੰ ਕੀਤੇ ਗੁਨਾਹ ਦਾ ਸਜ਼ਾ ਦਿੱਤੀ ਜਾ ਸਕੇ ਨਹੀਂ ਤਾਂ ਤੂੰ ਤੇ ਜੱਲ੍ਹੇ ਪੰਡਤ ਦੋਵਾਂ ਦਾ ਹੀ ਕੰਮ ਤਬਾਹ ਕਰ ਦਿੱਤਾ ਜਾਏ ਇਹ ਖਤ 55 ਵਾਲਾ ਬੰਦਾ ਇਹ ਗਲਤੀ ਕਰ ਗਿਆ ਕਿ ਉਹਨੇ ਇੱਕ ਜੱਲੇ ਪੰਡਤ ਨੂੰ ਹੀ ਫੜਾ ਦਿੱਤਾ ਖਤ ਪੜ੍ਹ ਕੇ ਜਿੱਦੀ ਜਾਨ ਨੂੰ ਖਤਰਾ ਹੋਵੇ ਉਹਨੇ ਕਿਵੇਂ ਦੇ ਦੇਣਾ ਸੀ ਉਹਨੂੰ ਹੀਰਾ ਸਿੰਘ ਨੂੰ ਖਤ ਹੋਰ ਤਰ੍ਹਾਂ ਝੂਠੇ ਮੂੜ ਕਰਕੇ ਦੱਸਿਆ ਤੇ ਉਹਨੇ ਆਖਿਆ ਵੀ ਆਪਣੇ ਦੀ ਖਤਰਾ ਪੈਦਾ ਹੋ ਗਿਆ ਅਗਲੀ ਰਾਤ ਉਹਨਾਂ ਨੇ ਪੰਜਾਬ ਦਾ ਖਜ਼ਾਨਾ ਰਾਤ ਖੋਲਿਆ ਉਹ ਖਜ਼ਾਨਾ ਬੋਰੀਆਂ ਤੇ ਭਰ ਕੇ ਖਚਰਾ ਤੇ ਰੱਖ ਕੇ ਰਾਤ ਖਚਰਾ ਭਜਾਈਆਂ ਤੇ ਲਾਹੌਰ ਦੇ ਕਿਲੇ ਤੋਂ ਫਰਾਰ ਹੋ ਗਏ ਇੱਕ ਚੌਕੀਦਾਰ ਨੇ ਜਦੋਂ ਸਵੇਰੇ ਤੜਕਸਾਰ ਖਜ਼ਾਨਾ ਦਾ ਗੇਟ ਖੁੱਲਾ ਵੇਖਿਆ ਉਹਨੇ ਰੌੜਾ ਪਾਇਆ ਪਤਾ ਲੱਗਾ ਕਿ ਹੀਰਾ ਸਿੰਘ ਤੇ ਜੱਲਾ ਪੰਡਤ ਰਾਤ ਖਜ਼ਾਨਾ ਲੁੱਟ ਕੇ ਭੱਜ ਗਏ ਨੇ ਫੌਜਾਂ ਨੇ ਮਗਰ ਪਿੱਛਾ ਕੀਤਾ 10-12 ਕਿਲੋਮੀਟਰ ਹੀ ਜਾ ਸਕਦੀ ਸੀ ਉਦੋਂ ਕਿਹੜੀਆਂ ਉਹ ਵੱਡੀਆਂ ਸਵਾਰੀਆਂ ਸੰਗ ਘੋੜਿਆਂ ਘਾੜਿਆਂ ਤੇ ਜਾਣਾ ਸੀ ਫੌਜ ਨੇ ਘੇਰ ਕੇ ਦੋਵਾਂ ਦਾ ਕਤਲ ਕੀਤਾ ਇੱਕ ਦੋ ਦਿਨਾਂ ਦੇ ਵਿੱਚ ਹੀ ਸੰਤਾਂ ਦੇ ਕਤਲ ਦਾ ਸਿੰਘਰ ਨੇ ਬਦਲਾ ਲੈ ਲਿਆ ਜਾਂ ਉਸ ਪਰਮਾਤਮਾ ਨੇ ਉਸ ਨੂੰ ਇਹ ਦੇ ਕੀਤੇ ਜ਼ੁਲਮ ਦੀ ਸਜ਼ਾ ਦੇ ਦਿੱਤੀ ਰੱਬ ਹਰ ਗੁਨਾਹ ਨੂੰ ਹਰ ਗੁਨਾਹ ਨੂੰ ਗੁਨਾਹਗਾਰੀ ਨੂੰ ਵੀ ਵੇਖਦਾ ਹੈ ਇਹ ਆਸ਼ਰਮ ਜਿਹੜਾ ਮੁੱਠਿਆਂ ਵਾਲਾ ਸਤਲੁਜ ਦਰਿਆ ਦੇ ਕੰਢੇ ਤੇ ਬਣਿਆ ਹੈ ਇਹ ਪੰਜਾਬ ਦੇ ਪਾਰਤੀ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਤਕਰੀਬਨ ਕੋਈ 5-6 ਕਿਲੋਮੀਟਰ ਤੋਂ ਦੂਰ ਬਾਕੇ ਹੈ ਦਰਿਆ ਸਤਲੁਜ ਦੇ ਕੰਢੇ ਤੇ ਅੱਜ ਵੀ 27 ਵਸਾਖ ਨੂੰ ਬਾਬਾ ਬੀਰ ਸਿੰਘ ਦਾ ਉਹ ਸ਼ਹੀਦੀ ਦਿਨ ਬਾਬਾ ਬੀਰ ਸਿੰਘ ਦੇ 365 ਡੇਰਿਆਂ ਦੇ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇਸ ਇਲਾਕੇ ਦੀ ਇਹ ਗੱਲ ਬਣੀ ਹੈ ਕਿ ਫਿਰੂਜ਼ਪੁਰ ਇਲਾਕੇ ਦੇ ਵਿੱਚ ਉਸੇ ਟਾਈਮ ਤਕਰੀਬਨ ਕੋਈ ਸ਼ਾਮ ਨੂੰ 5 ਵਜੇ 6 ਵਜੇ 7 ਵਜੇ 8 ਵਜੇ ਜਾਂ ਰਾਤ ਨੂੰ ਕਿਸੇ ਵੀ ਵੇਲੇ ਵੀ ਉਸੇ 27 ਵਸਾਖ ਨੂੰ ਅੱਜ ਵੀ ਇੱਕ ਬਹੁਤ ਵੱਡਾ ਨਹਿਰ ਨੇਰੀ ਚਲਦੀ ਏ ਵੱਡਾ ਜਬਰਦਸਤ ਚਖੜ ਆਉਂਦਾ ਹੈ ਜਿਹਦੇ ਵਿੱਚ ਵੱਡੇ ਵੱਡੀ ਛੇਡ ਉੱਡ ਜਾਂਦੇ ਨੇ ਬਹੁਤ ਵੱਡੇ ਨੁਕਸਾਨ ਹੁੰਦੇ ਨੇ ਓਡਾ ਵੱਡਾ ਨੇਰੀ ਦਾ ਚਖੜ ਪੂਰੇ ਸਾਲ ਵਿੱਚ ਹੋਰ ਕੋਈ ਨਹੀਂ ਆਉਂਦਾ ਈਡਾ ਵੱਡਾ ਚਖੜ ਤਕਰੀਬਨ 27 ਵਿਸਾਖ ਨੂੰ ਇਸ ਇਲਾਕੇ ਵਿੱਚ ਅੱਜ ਵੀ ਆਉਂਦਾ ਹੈ ਇਹ ਉਹਨਾਂ ਲੋਕਾਂ ਦੀ ਅੱਜ ਵੀ ਮਾਨਤਾ ਹੈ ਕਿ ਇਹ ਉਸ ਦਿਨ ਨੂੰ ਰੱਬ ਵੀ ਯਾਦ ਕਰਦਾ ਜਿਸ ਦਿਨ ਈਡਾ ਵੱਡਾ ਅਨਰਥ ਹੋਇਆ ਹੈ ਔਰ ਇਹ ਦੀ 2200 ਯੋਗਾਨਾਂ ਦੀ ਫੌਜ ਦਾ مالک ਤੋਹਫ ਦਾ مالک ਤਾਕਤ ਦਾ مالک ਜਿਹਦੇ ਕੋਲ ਮਹਾਰਾਜਾ ਰਣਜੀਤ ਸਿੰਘ ਦੇ ਦੋਸ਼ ਛਾਯਾ ਦੇ ਹੋਣ ਜਿਹਦੇ ਕੋਲ ਮਹਾਰਾਜਾ ਰਣਜੀਤ ਸਿੰਘ ਦਾ ਭਰਾ ਮੌਜੂਦ ਹੋਵੇ ਜੇ ਉਹ ਡੱਟ ਕੇ ਮੁਕਾਬਲਾ ਕਰ ਲਿੰਦੇ ਬਾਬਾ ਜੀ ਤੇ ਸ਼ਾਇਦ ਕੋਈ ਹੋਰ ਨਕਸ਼ਾ ਬਣ ਜਾਂਦਾ ਲੇਕਿਨ ਔਸ ਸੰਤ ਦੀ ਕੁਰਬਾਨੀ ਨੂੰ ਦਾਦ ਦੇਣੀ ਪਵੇਗੀ ਕਿ ਉਹਨੇ ਆਪ ਵੀ ਤੇ ਆਪਦੀ ਸੰਗਤ ਨੂੰ ਇੱਕ ਤੇ ਹੱਥ ਨਹੀਂ ਚੱਕਣ ਦਿੱਤਾ ਤੇ ਦੂਜਾ ਜਿਸ ਫੌਜੀਆ ਨੇ ਉਹਨਾਂ ਦੇ ਕਤਲ ਕੀਤੇ ਉਹਨਾਂ ਫੌਜੀਆ ਦੇ ਵਰਦੀ ਖਾਣਾ ਤਿਆਰ ਕਰਨਾ ਮੇਰੇ ਖਿਆਲ ਹੈ ਕਿ ਸੰਸਾਰ ਦੀ ਇੱਕ ਵੱਖਰੀ ਕਿਸਮ ਦੀ ਇੱਕ ਅਜੀਬ ਘਟਨਾ ਹੈ ਇਸ ਤਰ੍ਹਾਂ ਦਾ ਦੁਨੀਆ ਦੇ ਇਤਿਹਾਸ ਵਿੱਚ ਹੋਰ ਕੋਈ ਘਟਨਾ ਨਹੀਂ ਮਿਲੇਗੀ ਜੋ ਇਹ ਘਟਨਾ ਇਤਿਹਾਸਿਕ ਤੌਰ ਤੇ ਸੱਚੀ ਕਹਾਣੀ ਹੈ ਔਰ ਇਹ ਉਸ ਪਿੰਡਾਂ ਦੇ ਲੋਕ ਅੱਜ ਵੀ ਦੱਸਦੇ ਨੇ ਕਿ ਇਹ ਸੱਚ ਮੁੱਚ ਵਾਪਰੀ ਹੈ ਤੇ ਬਾਬਾ ਜੀ ਦੀ ਜਬਾਨੀ ਸੀ ਕਿ ਉਹਨਾਂ ਨੇ ਜਦੋਂ ਸਾਡਾ ਕਤਲ ਕਰਨਾ ਤੇ ਉਹਨਾਂ ਨੂੰ ਭੁੱਖ ਲੱਗੀ ਹੋਣੀ ਹੈ ਤੇ ਉਹਨਾਂ ਨੂੰ ਖਾਣ ਨੂੰ ਚਾਹੀਦੇ ਆਪਦੇ ਕਾਤਲਾਂ ਵਾਸਤੇ ਲੰਗਰ ਤਿਆਰ ਕਰਨਾ ਤੇ ਆਪ ਉਸ ਰੱਬ ਦੀ ਰਜਾ ਵਿੱਚ ਆਪਣੇ ਆਪ ਨੂੰ ਬਹਿ ਜੈਣਾ ਚੌਂਕੜਾ ਮਾਰ ਕੀਤੇ ਪਰਵਾਹ ਨਾ ਕਰਨੀ ਮੌਤ ਦੀ ਇਹ ਕਿਹਦੇ ਹੀ ਸੇ ਹੁੰਦਾ ਹੈ ਇਹ ਕਿਸੇ ਮਹਾਨ ਸੰਤ ਦੇ ਸੇ ਹੁੰਦਾ ਹੈ ਵੱਡੇ ਵੱਡੇ ਸੰਤਾਂ ਨੇ ਫਕੀਰਾਂ ਨੇ ਵੀ ਆਪਦੇ ਉੱਤੇ ਹੋਣ ਵਾਲੇ ਹਮਲਿਆਂ ਦੇ ਵਿਦਰੋਹ ਕੀਤੇ ਹੋਣਗੇ ਲੇਕਿਨ ਇਹ ਇੱਕ ਅਨੋਖਾ ਹਮਲਾ ਸੀ ਜਿਹਦਾ ਵਿਦਰੋਹ ਵੀ ਨਹੀਂ ਕੀਤਾ ਤੇ ਬਰੋਧੀਆਂ ਨੂੰ ਆਪਦੇ ਕਾਤਲਾਂ ਵਾਸਤੇ ਬਨਸੋਨੇ ਖਾਣੇ ਬਣਾ ਕੇ ਰੱਖਣੀ ਦੁਨੀਆਂ ਦੀ ਅਜੀਬੋ-ਕਰੀਬ ਘਟਨਾ ਸੀ ਇਹ ਹੈ ਉਹਨਾਂ ਪਰਉਪਕਾਰੀ ਮਨੁੱਖਾਂ ਦਾ ਜੀਵਨ ਜੋ ਸਾਨੂੰ ਸੇਧ ਦਿੰਦਾ ਹੈ ਕਿ ਸਾਨੂੰ ਲੜਾਈਆਂ ਝਗੜਿਆਂ ਨੂੰ ਬਚਣਾ ਚਾਹੀਦਾ ਹੈ ਲੇਕਿਨ ਅੱਜ ਦੇ ਯੁੱਗ ਵਿੱਚ ਇੱਥੇ ਸਾਡੀ ਸਾਇੰਸ ਨੇ ਸਾਡੇ ਜੀਵਨ ਨੂੰ ਸਖੱਲਾ ਕਰਨ ਵਾਸਤੇ ਬਹੁਤ ਸਾਰੇ ਤੌਰ ਤਰੀਕੇ ਸਾਨੂੰ ਉਪਲਬਧ ਕਰਾਏ ਨੇ ਸਾਨੂੰ ਗਰਮੀ ਨਹੀਂ ਲੱਗਣ ਦਿੱਤੀ ਜਾਂਦੀ ਸਾਨੂੰ ਸਰਦੀ ਨਹੀਂ ਲੱਗਣ ਦਿੱਤੀ ਜਾਂਦੀ ਸਾਡਾ ਘੰਟੇ ਅੰਦਰ ਸਫਰ ਮਿੰਟਾਂ ਵਿੱਚ ਬਦਲ ਕੇ ਰੱਖ ਦਿੱਤਾ ਇਸ ਤਰ੍ਹਾਂ ਦੀਆਂ ਗੱਡੀਆਂ ਕਾਰਾਂ ਚਲਾ ਦਿੱਤੀਆਂ ਗਈਆਂ ਏਸੀ ਲਿਆ ਦਿੱਤੇ ਗਏ ਸਾਡੇ ਜੀਵਨ ਪੱਧਰ ਜਿ ਪਿੱਛੇ ਨਜ਼ਰ ਮਾਰੀ ਗਈ ਉਹਨਾਂ ਲੋਕਾਂ ਤੋਂ ਕਿਤੇ ਬਹੁਤ ਬਦਲ ਗਿਆ ਅੱਜ ਅਸੀਂ ਜੇ ਸੋਚੀਏ ਤੇ ਜਿਸ ਜੰਨਤ ਦੀ ਜਿਸ ਸਵਰਗ ਦੀ ਅਸੀ ਗੱਲ ਆਉਦੀ ਧਰਮ ਗ੍ਰੰਥਾਂ ਚੋਂ ਲੈਂਦੇ ਸਾਂ ਉਹ ਅੱਜ ਮਨੁੱਖ ਨੇ ਉਹਦਾ ਤਿਆਰ ਕਰ ਰਿਆ ਸੀ ਲੇਕਿਨ ਮਨੁੱਖ ਨੂੰ ਇੱਥੇ ਉਹਦੇ ਸੁੱਖਾਂ ਦੀ ਤਿਆਰੀ ਤੱਕ ਹੀ ਰਹਿਣਾ ਚਾਹੀਦਾ ਸੀ ਇਹ ਤਿਆਰੀ ਤੋਂ ਬਾਅਦ ਉਸਨੂੰ ਉਸ ਰੱਬ ਨਾਲ ਟੱਕਰ ਨਹੀਂ ਰੋਣੀ ਚਾਹੀਦੀ ਸੀ ਉਸ ਕੁਦਰਤ ਦੇ ਨਾਲ ਛੇੜ ਛਾੜ ਨਹੀਂ ਕਰਨੀ ਚਾਹੀਦੀ ਸੀ ਜਿਵੇਂ ਕੀ ਲੋੜ ਸੀ ਚੰਦਰਮਾ ਤੇ ਜਾ ਕੇ ਸੀ ਝੰਡਾ ਘਟਾ ਤਰਤੀਆ ਜੀ ਬਹੁਤ ਪਈ ਏ ਕੋਈ ਜਗ੍ਹਾ ਖਤਮ ਹੋਣ ਲਈ ਅਸੀਂ ਉੱਥੇ ਕੋਠੀਆਂ ਪਾਉਣੀਆਂ ਚਾਹੁੰਦੇ ਆ ਕਿਉਂ ਅਸੀਂ ਮਨੋੱਖਾਂ ਨੂੰ ਮਾਰਨ ਵਾਸਤੇ ਇੰਡੀਆਂ ਜ਼ਬਰਦਸ ਮਜ਼ਾਲਾ ਮਜ਼ਾਇਲਾ ਕਿਉਂ ਤਿਆਰ ਕਰ ਰਹੇ ਅਸੀਂ ਸੋਕੋ ਮੰਦਾ ਆਖੀਏ ਜਿੱਤ ਜੰਮੀ ਰਾਜ਼ਾਨ ਉਸ ਔਰਤ ਉਸ ਦੇਵੀ ਉਸ ਮਾਤਾ ਨੂੰ ਜਦੋਂ ਉਹ ਬੱਚੀ ਦੇ ਰੂਪ ਵਿੱਚ ਜਨਮ ਲੈਣ ਵਾਲੀ ਹੁੰਦੀ ਹੈ ਉਹਨੂੰ ਮਾਂ ਦੇ ਗਰਭ ਵਿੱਚ ਕਿਉਂ ਮਾਰਦੇ ਆ ਉਹ ਵੀ ਰੱਬ ਨੇ ਉਹਨੂੰ ਇਸ ਦੁਨੀਆ ਤੇ ਆਉਣ ਦੀ ਭੇਜਿਆ ਅਸੀਂ ਉਹਦਾ ਕਤਲ ਕਰਦੇ ਆ ਜੀ ਉਹ ਮਾਂ ਦੇ ਗਰਭ ਚ ਨਹੀਂ ਮਰੀ ਤੇ ਉਸ ਨੂੰ ਉਹਦੀ ਸ਼ਾਦੀ ਤੋਂ ਬਾਅਦ ਦਹੇਜ ਦੇ ਰੂਪ ਵਿੱਚ ਉਹਨੂੰ ਅਸੀਂ ਸਾੜ ਦਿੰਦੇ ਆ ਉਹਦੇ ਤੇ ਜੁਰਮ ਕਰਦੇ ਆ ਉਹਦੇ ਨਾਲ ਬਲਾਤਕਾਰ ਉਤੇ ਨੇ ਉਹਦੇ ਵਿੱਚੋਂ ਜਨਮ ਲੈਣ ਵਾਲਾ ਉਹੀ ਮਨੁੱਖ ਉਸ ਔਰਤ ਦੇ ਨਾਲ ਖੇលਬਾੜ ਕਰਦਾ ਹੈ ਇਹ ਕੁਦਰਤ ਦੇ ਕਾਨੂੰਨ ਦੀ ਉਲੰਘਣਾ ਕਰਦਾ ਹੈ ਇਹ ਸਾਡੇ ਲਈ ਬੜੇ ਵੱਡੇ ਉਹ ਗੁਨਾਹ ਨੇ ਅਸੀਂ ਉਹ ਜੰਗਲ ਖਤਮ ਕਰ ਦਿੱਤੇ ਜਿੱਥੇ ਰੱਬ ਦੇ ਭੇਜੀ ਹੋਈ ਉਹ ਜੀਵ ਜੰਤੂ ਆਪ ਦਾ ਸਿਰ ਲਕਾਵਾ ਕਰਦੇ ਸਨ ਅਸੀਂ ਉਹਨਾਂ ਨੂੰ ਵੱਢ ਕੇ ਆਪ ਦੇ ਖਾਣ ਵਾਸਤੇ ਉਹਨਾਂ ਜ਼ਮੀਨਾਂ ਨੂੰ ਆਵਦਾ ਅਨਾਜ ਬੀਜਣ ਲਈ ਉਪਜਾਊ ਕਰਤਾ ਜਿੱਥੇ ਪੰਛੀ ਜਿੰਨਾ ਰੁੱਖਾਂ ਤੇ ਟਹਿ 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 ਟੋਹਦੀਸ ਅਸੀਂ ਉਹਨਾਂ ਜੀਵਨ ਦੇ ਸ਼ਿਕਾਰ ਕਰ ਲੈ ਖੈਰ ਮੈਂ ਗਿਣਤੀ ਕਰਾਂ ਤੇ ਬਹੁਤ ਜ਼ਿਆਦਾ ਹੋ ਜਾਏਗੀ ਇਹ ਸਾਰਾ ਕੁਸ਼ ਅਸੀਂ ਉਸ ਰੱਬ ਦੀ ਰਜ਼ਾ ਦੇ ਉਲਟ ਕਰ ਰਹੇ ਹਾਂ ਅਸੀਂ ਉਸ ਕੁਦਰਤ ਦੇ ਨਾਲ ਛੇੜਛਾੜ ਕਰ ਰਹੇ ਹਾਂ ਇਸ ਕਰਕੇ ਸਾਨੂੰ ਇਹਦੀ ਤੋਬਾਜ ਆਉਣਾ ਚਾਹੀਦਾ ਹੈ ਇਹੀ ਸਾਡਾ ਵੱਡਾ ਗੁਨਾਹ ਹੈ ਜਿਸ ਦੀ وجہ ਕਰਕੇ ਰੱਬ ਨੇ ਆਪਣੀ ਹਉਂਦ ਮਨੁੱਖ ਨੂੰ ਵਿਖਾਈ ਹੈ ਕਿ ਜੇ ਮੈਂ ਆਪਣੀ ਆਈ ਤੇ ਆ ਜਾਵਾਂ ਤੇ ਤੇਰਾ ਸਭ ਕੁਝ ਤਰਿਆ ਤਰਾਇਆ ਰਹਿ ਜਾਏਗਾ ਤੇਰੀ ਕੋਲ ਤੇਰੀ ਆਪ ਦੀ ਬਚਾਲੀ ਕੋਈ ਇਲਾਜ ਨਹੀਂ ਬਚੇਗਾ ਉਹ ਅੱਜ ਅਸੀਂ ਵੇਖ ਰਹੇ ਹਾਂ ਕਿ ਇਹ ਭਿਆੰਕਰ ਕਰੋਨਾ ਵਾਇਰਸ ਦੀਦਾ ਕਿ ਪੂਰੀ ਦੁਨੀਆ ਨੇ ਅਜੇ ਤੱਕ ਜੋਰ ਲਾ ਕੇ ਵੀ ਉਹਦੀ ਕੋਈ ਅਜੇ ਮੈਡੀਸਨ ਉਹਦੀ ਅਜੇ ਕੋਈ ਦਵਾਈ ਤਿਆਰ ਨਹੀਂ ਕੀਤੀ ਕਿੰਨੇ ਮਹੀਨੇ ਬੀਤ ਗਏ ਨੇ ਤੇ ਕਿੰਨੀਆਂ-ਕਿੰਨੀਆਂ ਮੌਤਾਂ ਰੋਜ਼ ਹੋ ਰਹੀਆਂ ਨੇ ਤੇ ਈਡੀਆਂ ਭयंकर ਮੌਤਾਂ ਨੇ ਕਿ ਮਰਨ ਵਾਲੇ ਨੂੰ ਉਹਦੇ ਵਾਰਿਸ ਨੇੜੇ ਨਹੀਂ ਆਉਂਦੇ ਦਰਦੇ ਹੋਏ ਤੇ ਅੱਜ ਉਸ ਮੌਤ ਤੋਂ ਡਰਦਾ ਹੋਇਆ ਮਨੁੱਖ ਕੈਦ ਹੋ ਗਿਆ ਲੁਕ ਗਿਆ जरा मनुख ब नहीं जिस मनुख को समा बाकी नहीं किसी जाता इन नहीं समा नहीं बहुत जल्दी बहुत जल्दी अज वो जल्दिया कितने गई है अज सा वेल रह गया नहीं अस अर बैठे करने की पे वेले ही तो हो गए ये दाते दा। नदर अपी दे करे सुलताना काओ खेता सो मैं मनुखता को बेनती जोधड़ी करा कि सू आप गुनाह तो तौबा करनी चाहिए है तो उस रब अगे बेनती जोदरी करनी चाहिए कि सानू बख्श लोना वायरस वर्गी भयंकर बीमारी इस दुनिया तो चुक ਅਬ ਕੀ ਬਾਰ ਬਖਸ਼ ਬੰਦੇ ਨੂੰ ਇੱਕ ਵਾਰੀ ਬੰਦੇ ਨੂੰ ਬਖਸ਼ ਇੱਕ ਮੌਕਾ ਹੋਰ ਦੇ ਹੁਣ ਜੇ ਇਸ ਤੋਂ ਬਾਅਦ ਤੇਰੀ ਉਲੰਘਣਾ ਨਹੀਂ ਕਰੇਗਾ ਤੇਰੀ ਰਾਜਾਬ ਵਿੱਚ ਰਹੇਗਾ ਇਸ ਕਰਕੇ ਸਾਨੂੰ ਉਸਦੇ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ ਮੈਂ ਸਾਰੇ ਧਰਮਾਂ ਦੇ ਵੀਰਾਂ ਨੂੰ ਹਰ ਵੀਡੀਓ ਦੇ ਵਿੱਚ ਹੱਥ ਜੋੜ ਕੇ ਸਿਰ ਝੁਕਾ ਕੇ ਨਮਸਕਾਰ ਕਰਕੇ ਬੇਨਤੀ ਬੇਨ ਕਰਦਾ ਹੁਣਾਂ ਕਿ ਤੁਸੀਂ ਆਪਦੇ ਆਪਦੇ ਧਰਮ ਦੀ ਪੂਜਾ ਜਿਸ ਤਰ੍ਹਾਂ ਵੀ ਕਰਦੇ ਹੋ ਉਹਦੇ ਵਿੱਚ ਆਪਦੇ ਆਪਦੀ ਉਸ ਪਰਮਾਤਮਾ ਅਗੇ ਇਹ ਬੇਨਤੀ ਕਰੋ ਕਿ ਇਸ ਕੋਰੋਨਾ ਵਾਇਰਸ ਨੂੰ ਇਸ ਸੰਸਾਰ ਤੋਂ ਉਹ ਚੁੱਕ ਲਵੇ ਤੇ ਮਨੁੱਖਤਾ ਨੂੰ ਫਿਰ ਉਹੋ ਹੀ ਖੁਸ਼ੀਆਂ ਬਹਾਲ ਕਰੇ ਤੇ ਅੱਜ ਕੈਦ ਹੋਇਆ ਮਨੁੱਖ ਫਿਰ ਆਪਣੀ ਉਸੇ ਲੀਹ ਤੇ ਚੱਲ ਕੇ ਦੌੜੇ ਤੇ ਉਸ ਰੱਬ ਦੀ ਪਰਖਸ਼ ਇਸ ਸੰਸਾਰ ਫਿਰ ਉਸੇ ਤਰ੍ਹਾਂ ਆਉਦੀ ਤਰੀਕੇ ਤੇ ਜਲਦੀ ਕਰੋਨਾ ਵਾਇਰਸ ਬਿਲਕੁਲ ਖਤਮ ਹੋਵੇ ਇਹ ਬੇਨਤੀਆਂ ਆਪਦੀ ਆਪਦੀ ਧਰਮਾਂ ਵਿੱਚ ਕਰਿਆ ਕਰੋ ਤਾਂ ਕਿ ਰੱਬ ਤੁਹਾਡੀ ਗੱਲ ਸੁਣੇਗਾ ਔਰ ਉਹ ਦਿਨ ਦੂਰ ਨਹੀਂ ਇਹ ਦਿਨ ਇਹ ਵਾਇਰਸ ਖਤਮ ਹੋਏਗਾ ਤੇ ਆਪਾਂ ਫਿਰ ਤੋਂ ਉਸੇ ਤਰ੍ਹਾਂ ਫਿਰ ਚੱਲਾਂਗੇ ਫਿਰ ਦੁਨੀਆ 'ਚ ਘੜ ਕੇ ਲਾਂਗੇ ਇਹ ਦੁਆ ਕਰਿਆ ਕਰੋ ਜਿ ਜਿਹੜੀਆਂ ਡਿਮਾਂਡ ਤੁਸੀਂ ਮੇਰੇ ਨਾਲ चीज ਅੱਗੇ ਕਰਦੇ ਹੋ ਉਹ ਪਰਮਾਤਮਾ ਕਿਰਪਾ ਕਰੇ ਉਹ ਇੰਨਾ ਬਲ ਬਖਸ਼ੇ ਕਿ ਮੈਂ ਉਹ ਸਾਰੇ ਮਹਾਪੁਰਸ਼ਾਂ ਦੇ ਜੀਵਨ ਖੋਜ ਕਰਕੇ ਵੀਡੀਓ ਰਾਈ ਆਪ ਜੀ ਦੀ ਸੇਵਾ ਵਿੱਚ ਰੱਖ ਸਕਾਂ ਉਹ ਪਰਮਾਤਮਾ ਜੀ ਆਪ ਮੇਰੇ ਕੋਲ ਸੇਵਾ ਲਵੇ ਇਹ ਵੀ ਦੁਆ ਕਰਿਆ ਕਰੋ ਇਹ ਵੀਡੀਓ ਆਪ ਜੀ ਨੂੰ ਜੇ ਚੰਗੀ ਲੱਗੇ ਵੱਧ ਤੋਂ ਵੱਧ ਅਗੀ ਆਉਂਦੇ ਸਜਨਾ ਤੱਕ ਪਹੁੰਚਾਓ ਤਾਂ ਕਿ ਇਹੋ ਜਿਹਾ ਮਹਾਨ ਸਖਸੀਤਾਂ ਦੇ ਜੀਵਨ ਬਾਰੇ ਦੂਸਰਿਆਂ ਨੂੰ ਵੀ ਪਤਾ ਲੱਗ ਸਕੇ ਤੇ ਇਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਅਸੀਂ ਆਪਦੇ ਵਿੱਚ ਸੁਧਾਰ ਕਰ ਚੱਲੀਏ ਹੁਣ ਫੇਰ ਕਿਸੇ ਹੋਰ ਮਹਾਂਪੁਰਸ਼ ਦੇ ਜੀਵਨ ਤੇ ਫੇਰ ਮਿਲਾਂਗੇ ਉਦੋਂ ਤੱਕ ਦੀ ਆਪਜੀ ਤੋਂ ਆਜ਼ਾਦ ਚੋਂਦਾ ਹਾਂ ਇੱਥੇ ਹੀ ਸਮਾਪਤੀ ਹੈ ਖੁਸ਼ ਰਹੋ ਆਬਾਦ ਰਹੋ